ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਦਾ ਔਰ ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ ਜੋ ਕਿ ਵਿਸ਼ ਪੱਧਰ ਦੇ ਵਿੱਚ ਇੱਕ ਡਾਇਲੋਗ ਬਣੇ ਹੋਏ ਹਨ ਔਰ ਜਦ ਮੈਂ ਡਾਇਲੋਗ ਦੀ ਕਰਦਾ ਤਾਂ ਅੱਜ ਕੱਲ੍ਹ ਇੱਕ ਮੁੱਦਾ ਜਿਹੜਾ ਅਹਿਮ ਹਰ ਕਿਸੇ ਪਾਸੇ ਅਸੀਂ ਸੁਣ ਰਹੇ ਹਾਂ ਔਰ ਜਿਸ ਵੀ ਗਲਿਆਰੇ ਦੇ ਵਿੱਚ ਅਸੀਂ ਜਾਈਏ ਭਾਵੇਂ ਉਹ ਗਲਿਆਰਾ ਸਿਆਸੀ ਗਲਿਆਰਾ ਹੋਵੇ ਭਾਵੇਂ ਉਹ ਗਲਿਆਰਾ ਸਮਾਜਿਕ ਗਲਿਆਰਾ ਹੋਵੇ ਤਾਂ ਇਸ ਮੁੱਦੇ ਦੀ ਜਿਹੜੀ ਗੂੰਜ ਹੈ ਉਹ ਵੱਖ ਵੱਖ ਵਿਸ਼ਵ ਪੱਧਰ ਦੇ ਵਿੱਚ ਜਿਹੜੇ ਅਦਾਇਰੇ ਹਨ ਉਹਨਾਂ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ ਔਰ ਜਿਹੜੇ ਪ੍ਰਤੀਨਿਧੀ ਹਨ ਵੱਖ ਵੱਖ ਔਰਗਨਾਈਜੇਸ਼ਨਸ ਦੇ ਉਹ ਇਸ ਬਾਰੇ ਗੱਲ ਕਰਦੇ ਹੋਏ ਆ ਰਹੇ ਹਨ ਜਦ ਮੈਂ ਗੱਲ ਕਰਦਾ ਇੰਡੋ ਪਾਕ ਦੇ ਰਿਲੇਸ਼ਨਸ਼ਿਪ ਦੀ ਤਾਂ ਕਈ ਵਾਰ ਅਸੀਂ ਵੇਖਿਆ ਕਿ ਇਹਨਾਂ ਦਾ ਆਪਸੀ ਜਿਹੜਾ ਰਿਲੇਸ਼ਨਸ਼ਿਪ ਹੈ ਕਦੀ ਕਦਾਰ ਬਹੁਤ ਹੀ ਵਧੀਆ ਹੋ ਜਾਂਦਾ ਹੈ ਜਦ ਮੈਂ 99 ਦੇ ਵਕਤ ਚਾਨਾ ਪਾਣਾ ਜਦ ਖੁਦ ਆਪ ਬਕਾਇਦਾ ਤੌਰ ਦੇ ਉੱਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ 1999 ਫਰਵਰੀ ਦੇ ਵਿੱਚ ਨਵਾਜ਼ ਸ਼ਰੀਫ ਜਦ ਉੱਥੇ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ ਉਹਨਾਂ ਨੂੰ ਮਿਲ ਕੇ ਆਉਂਦੇ ਨੇ ਔਰ ਇੱਕ ਪੈਗਾਮ ਜਿਹੜਾ ਵਿਸ਼ਵ ਦੇ ਵਿੱਚ ਇਹ ਫੈਲਾਇਆ ਜਾਂਦਾ ਕਿ ਹੁਣ ਅਮਨ ਅਤੇ ਸ਼ਾਂਤੀ ਦੀ ਗੱਲ ਹੋਏਗੀ ਕਸ਼ਮੀਰ ਦਾ ਮੁੱਦਾ ਸਭ ਤੋਂ ਅਹਿਮ ਮੁੱਦਾ ਰਿਹਾ ਭਾਰਤ ਦੀ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਅਗਰ ਕੋਈ ਮੁੱਦਾ ਸਭ ਤੋਂ ਜ਼ਿਆਦਾ ਹੋਣ ਦੇ ਵਿੱਚ ਆਇਆ ਔਰ ਜਿਸ ਪਾਸੇ ਅਸੀਂ ਵੇਖਿਆ ਕਿ ਗੱਲ ਵੀ ਜ਼ਿਆਦਾ ਹੋਈ ਤਾਂ ਉਹ ਸੀਗਾ ਕਸ਼ਮੀਰ ਦਾ ਮੁੱਦਾ ਹੁਣ ਅਸੀਂ ਵੀ ਜਾਣਦੇ ਹਾਂ ਤੁਸੀਂ ਵੀ ਜਾਣਦੇ ਹੋ ਕਿ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਕੀ ਕੁਝ ਹੋ ਰਿਹਾ ਧਾਰਾ 370 ਜਿਹੜੀ ਹਟਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਸੀ ਕਿ ਉਹ ਹੁਣ ਜ਼ਮੀਨੀ ਪੱਧਰ 'ਤੇ ਜਿਹੜਾ ਉਹਦਾ ਐਲਾਨ ਰਸਮੀ ਐਲਾਨ ਹੋ ਚੁੱਕਿਆ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਇਹਦੀ ਗੱਲ ਵੀ ਜਿਹੜੀ ਹੈ ਸੁਣਨ ਨੂੰ ਮਿਲ ਰਹੀ ਹੈ ਲੇਕਿਨ ਜਦ ਅਸੀਂ ਕਸ਼ਮੀਰ ਦੇ ਮੁੱਦੇ ਦੀ ਗੱਲ ਕਰਦੇ ਹਾਂ ਇੰਡੀਆ ਅਤੇ ਪਾਕਿਸਤਾਨ ਦੇ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਮਸਲਾ ਇਸ ਸਾਲ ਕਿਉਂਕਿ ਇਸ ਦੇ ਉੱਤੇ ਵੀ ਵਿਚਾਰ ਕਰਨਾ ਬੇਹੱਦ ਖਾਸ ਹੈ 550 ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇਸ ਪ੍ਰਕਾਸ਼ ਪੁਰਬ ਨੂੰ ਲੈ ਕੇ ਬੜੀ ਸਾਰੀ ਕਵਾਇਦ ਜਿਹੜੀ ਸੀਗੀ ਉਹ ਭਾਰਤ ਦੇ ਪੱਖੋਂ ਅਤੇ ਨਾਲੇ ਪਾਕਿਸਤਾਨ ਦੇ ਪੱਖੋਂ ਵੀ ਲਗਾਈਆਂ ਜਾ ਰਹੀਆਂ ਸਨ ਕਿ ਇੱਕ ਵੱਡਾ ਜਿਹੜਾ ਫੈਸਲਾ ਉਹ ਕੁਝ ਨਾ ਕੁਝ ਦੋਵੇਂ ਦੇਸ਼ਾਂ ਦਰਮਿਆਨ ਲਿਆ ਜਾ ਸਕਦਾ ਜਿਹੜਾ ਫੈਸਲਾ ਭਾਰਤ ਦੀ ਤਰਫੋਂ ਵੀ ਔਰ ਜਿਹੜਾ ਫੈਸਲਾ ਪਾਕਿਸਤਾਨ ਦੀ ਤਰਫੋਂ ਵੀ ਲਿੱਤਾ ਗਿਆ ਸਭ ਤੋਂ ਵੱਡਾ ਫੈਸਲਾ ਸੀਗਾ ਕਰਤਾਰਪੁਰ ਕੋਰੀਡੋਰ ਦਾ ਕਿ ਇਹ ਜਿਹੜਾ ਲਾਂਘਾ ਹੈ ਇਹ ਖੁੱਲ੍ਹਣਾ ਚਾਹੀਦਾ ਜਿਸ ਕਰਕੇ ਜਿਹੜੇ ਸ਼ਰਧਾਲੂ ਭਾਰਤ ਤੋਂ ਉਸ ਪਾਸੇ ਜਾ ਕੇ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਅਤੇ ਦੀਦਾਰ ਕਰ ਸਕਣ ਲੇਕਿਨ ਜਦ ਇਹ ਕਸ਼ਮੀਰ ਦਾ ਮਸਲਾ ਹੋਣ ਦੇ ਵਿੱਚ ਆਉਂਦਾ ਤਾਂ ਹੁਣ ਕਰਤਾਰਪੁਰ ਲਾਂਘਾ ਕਿਸ ਪਾਸੇ ਖੜਿਆ ਹੁਣ ਕਰਤਾਰਪੁਰ ਲਾਂਘੇ ਨੂੰ ਲੈ ਕੇ ਕਿਹੜੀ ਸਿਆਸਤ ਸੁਣਨ ਨੂੰ ਮਿਲ ਸਕਦੀ ਹੈ ਪਾਕਿਸਤਾਨ ਦੇ ਪੱਖੋਂ ਕਿੰਨਾ ਕੁ ਕੰਮ ਹੋ ਚੁੱਕਿਆ ਭਾਰਤ ਦੇ ਪੱਖੋਂ ਕਿੰਨਾ ਕੁ ਕੰਮ ਹੋ ਚੁੱਕਿਆ ਇਸ ਉੱਤੇ ਚਾਨਣਾ ਪਾਵਾਂਗੇ ਕਿ ਇਹਦਾ ਮਾੜਾ ਅਸਰ ਕਿਉਂਕਿ ਹੁਣ ਜਿਹੜਾ ਟ੍ਰੇਡ ਇੰਡੋ ਪਾਕ ਦੇ ਵਿੱਚ ਬੰਦ ਹੋ ਚੁੱਕਿਆ ਹੈ ਸਮਝੌਤਾ ਐਕਸਪ੍ਰੈਸ ਤੱਕ ਬੰਦ ਹੋ ਚੁੱਕੀ ਹੈ ਡਿਪਲੋਮੈਟ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਖਤਮ ਹੋ ਚੁੱਕੇ ਹਨ ਉਸ ਤੋਂ ਇਲਾਵਾ ਜਿਹੜਾ ਇੰਡੋ ਪਾਕ ਦੇ ਜਿਹੜੇ ਕਮਿਸ਼ਨਰ ਹਨ ਅਗਰ ਮੈਂ ਇੰਡੀਆ ਦੀ ਤਰਫ ਗੱਲ ਕਰਾਂ ਜਿਹੜੇ ਪਾਕਿਸਤਾਨ ਦੇ ਵਿੱਚ ਰੀਪ੍ਰਜੈਂਟ ਕਰਦੇ ਸੀਗੇ ਇੰਡੀਆ ਨੂੰ ਉਹ ਵਾਪਸ ਬੁਲਾਏ ਜਾ ਚੁੱਕੇ ਹਨ ਉਸ ਤੋਂ ਬਾਅਦ ਜਿਹੜੇ ਪਾਕਿਸਤਾਨ ਦੇ ਵਿੱਚ ਸੀਗੇ ਉਹ ਜਿਹੜੇ ਇੰਡੀਆ ਦੇ ਵਿੱਚ ਸੀਗੇ ਉਹ ਪਾਕਿਸਤਾਨ ਵਾਪਸ ਜਾ ਚੁੱਕੇ ਹਨ ਤਾਂ ਜਿਹੜਾ ਰਿਲੇਸ਼ਨਸ਼ਿਪ ਆਪਸੀ ਤਾਲਮੇਲ ਸੀਗਾ ਇੱਕ ਬਾਇਲੈਟਰੀਕਲ ਟਾਕ ਸੀਗੀ ਬਾਇਲੈਟਰੀਕਲ ਰਿਲੇਸ਼ਨਸ਼ਿਪ ਸੀਗੇ ਡਿਪਲੋਮੈਟਿਕ ਰਿਲੇਸ਼ਨਸ਼ਿਪ ਸੀਗੇ ਉਹ ਹਾਲ ਫਿਲਹਾਲ ਦੇ ਵਿੱਚ ਜ਼ਮੀਨੀ ਪੱਧਰ 'ਤੇ ਖਤਮ ਹੋ ਚੁੱਕੇ ਹਨ ਇਮਰਾਨ ਖਾਨ ਦਾ ਬਿਆਨ ਅਸੀਂ ਸੁਣਿਆ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹ ਸਾਫ਼ ਤੌਰ 'ਤੇ ਕਹਿੰਦੇ ਨਜ਼ਰ ਆਏ ਕਿ ਜਿਹੜਾ ਫੈਸਲਾ ਇਹ ਕਸ਼ਮੀਰ ਦੇ ਪੱਖੋਂ ਲਿੱਤਾ ਗਿਆ ਭਾਰਤ ਸਰਕਾਰ ਵੱਲੋਂ ਉਹਦਾ ਉਹ ਸਵਾਗਤ ਬਿਲਕੁਲ ਨਹੀਂ ਕਰਦੇ ਅਸੀਂ ਹਾਲ ਫਿਲਹਾਲ ਦੇ ਵਿੱਚ ਮੋਦੀ ਸਰਕਾਰ ਦੇ ਜਿਹੜੇ ਵੱਖ ਵੱਖ ਨੁਮਾਇੰਦੇ ਹਨ ਉਹਨਾਂ ਦਾ ਵੀ ਸਟੈਂਡ ਅਸੀਂ ਸੁਣਿਆ ਲੇਕਿਨ ਅੱਜ ਅਸੀਂ ਇਸ ਮੁੱਦੇ ਦੇ ਉੱਤੇ ਉਹਨਾਂ ਸਾਰੀ ਗੱਲਾਂ ਦੇ ਉੱਤੇ ਵਿਚਾਰ ਨਹੀਂ ਕਰਾਂਗੇ ਸਭ ਤੋਂ ਅਹਿਮ ਮੁੱਦਾ ਜਿਹੜਾ ਕੌਮ ਦੇ ਲਈ ਇਸ ਟਾਈਮ ਹੈਗਾ ਉਹ ਹੈ ਕਰਤਾਰਪੁਰ ਲਾਂਘਾ ਕਿ ਹੁਣ ਕਰਤਾਰਪੁਰ ਲਾਂਘਾ ਇਸ ਕੜੀ ਦੇ ਵਿੱਚ ਕਿੱਥੇ ਸਟੈਂਡ ਕਰਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਫੈਸਲਾ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਵੀ ਹੋ ਸਕਦਾ ਹਾਲ ਫਿਲਹਾਲ ਦੇ ਵਿੱਚ ਜਿੱਥੇ ਨਗਰ ਕੀਰਤਨ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਨਕਾਣਾ ਸਾਹਿਬ ਪਹੁੰਚ ਰਹੀ ਹੈ ਔਰ ਬੜਾ ਹੀ ਹਰਸ਼ੋਲਾਸ ਔਰ ਬੜਾ ਹੀ ਭਗਵਾ ਸਵਾਗਤ ਜਿਹੜਾ ਉਹ ਉਸ ਮੁਲਕ ਵੱਲੋਂ ਵੀ ਕੀਤਾ ਜਾ ਰਿਹਾ ਹੈ ਔਰ ਜਿਹੜੇ ਸ਼ਰਧਾਲੂ ਆਪਣੇ ਉਹ ਭਾਵਨਾ ਦੇ ਫੁੱਲ ਆਪਣੇ ਉਹ ਮਨ ਦੇ ਵਿੱਚ ਵਸਦੀਆਂ ਹੋਈਆਂ ਗੱਲਾਂ ਉਹ ਅਰਦਾਸ ਜੋ ਸਵੇਰੇ ਸ਼ਾਮ ਤੱਕ ਗੁਰੂ ਸਾਹਿਬ ਦੇ ਸਾਹਮਣੇ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਅਸੀਂ ਖੁੱਲ੍ਹੇ 'ਤੇ ਦਰਸ਼ਨ ਦੀਦਾਰ ਨਨਕਾਣਾ ਸਾਹਿਬ ਔਰ ਉਹਨਾਂ ਗੁਰੂ
ਗੁਰੂ ਗੁਰਧਾਮਾਂ ਦੇ ਕੰਨਾਂ 'ਚ ਆਉਂਦੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਕਿ ਇਹ ਪੰਥ ਤੋਂ ਵਿਛੋੜੇ ਗਏ ਜਿਹੜੇ ਗੁਰਦੁਆਰੇ ਸਾਹਿਬਾਨ ਹਨ ਕੀ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣਗੇ ਕੀ ਨਨਕਾਣਾ ਸਾਹਿਬ ਦੇ ਵਿੱਚ ਹੁਣ ਸ਼ਰਧਾਲੂ ਭਾਰਤ ਤੋਂ ਕਰਤਾਰਪੁਰ ਲਾਂਘੇ ਦੋ ਜਾਂਦੇ ਹੋਏ ਪਹੁੰਚਣਗੇ ਕਿ ਜਾਂ ਫਿਰ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੋਈ ਵੱਡਾ ਮਸਲਾ ਹੋ ਸਕਦਾ ਇਸ ਉੱਤੇ ਵਿਚਾਰ ਵਟਾਂਦਰਾ ਅਸੀਂ ਜ਼ਰੂਰ ਕਰਾਂਗੇ ਅਤੇ ਜਿਹੜੇ ਫੈਕਟਸ ਹਨ ਉਹ ਵੀ ਅਸੀਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਔਰ ਇਹ ਤਜਵੀਜ਼ ਜਿਹੜੀ ਹੈ ਇਹ ਭਾਰਤ ਵੱਲੋਂ ਵੀ ਰੱਖੀ ਗਈ ਸੀਗੀ ਇਹ ਤਜਵੀਜ਼ ਜਿਹੜੀ ਹੈ ਉਹ ਪਾਕਿਸਤਾਨ ਵੱਲੋਂ ਵੀ ਰੱਖੀ ਗਈ ਸੀਗੀ ਪੰਜਾਬ ਤਾਂ ਸਾਂਝਾ ਸਾਂਝੇ ਪੰਜਾਬ ਦੀ ਜਦ ਮੈਂ ਗੱਲ ਕਰਦਾ ਤਾਂ ਅਮਰੀਕਾ ਦੇ ਵਿੱਚ ਇੱਕ ਸੰਸਥਾ ਹੋਣ ਦੇ ਵਿੱਚ ਆਈ ਹੈ ਜੋ ਕਿ ਸਾਂਝੇ ਪੰਜਾਬ ਦੀ ਗੱਲ ਕਰਦਾ ਜੋ ਕਿ ਕਰਦਾ ਕਿ ਪੰਜਾਬ ਇੱਕ ਸਾਂਝਾ ਸੀਗਾ ਇੱਕ ਪੰਜਾਬ ਜਿਹੜਾ ਅੱਜ ਪਾਕਿਸਤਾਨ ਦੇ ਵੱਲ ਹੈਗਾ ਇੱਕ ਪੰਜਾਬ ਜਿਹੜਾ ਭਾਰਤ ਦੇ ਵੱਲ ਹੈਗਾ ਲੇਕਿਨ ਸੀਗਾ ਤਾਂ ਪੰਜਾਬ ਸਾਂਝਾ ਹੀ ਹੁਣ ਇਸ ਸਾਂਝੇ ਪੰਜਾਬ ਦੇ ਉੱਤੇ ਜਿਹੜੀ ਤਜਵੀਜ਼ ਕਰਤਾਰਪੁਰ ਲਾਂਘੇ ਦੀ ਸੀਗੀ ਉਹ ਕਿੱਥੇ ਸਟੈਂਡ ਕਰਦਾ ਇਸ ਦੇ ਉੱਤੇ ਵਿਚਾਰ ਕਰਨ ਦੇ ਲਈ ਮੇਰੇ ਨਾਲ ਸਾਂਝੇ ਪੰਜਾਬ ਤੋਂ ਗੁਰਿੰਦਰਪਾਲ ਸਿੰਘ ਜੋਸਨ ਬਕਾਇਦਾ ਤੌਰ ਦੇ ਉੱਤੇ ਸਟੂਡੀਓ ਦੇ ਵਿੱਚ ਮੌਜੂਦ ਹਨ ਇਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਚਾਨਣਾ ਪਾਵਾਂਗੇ ਹਾਲ ਫਿਲਹਾਲ ਦੇ ਵਿੱਚ ਇਹ ਨਨਕਾਣਾ ਸਾਹਿਬ ਹੋ ਕੇ ਆਏ ਨੇ ਕਰਤਾਰਪੁਰ ਲਾਂਘੇ ਦਾ ਕੰਮ ਪਾਕਿਸਤਾਨ ਪੱਖੋਂ ਕਿੰਨਾ ਹੋ ਚੁੱਕਿਆ ਹੈ ਉਹਦੀ ਜਾਣਕਾਰੀ ਸਾਨੂੰ ਦੇਣਗੇ ਭਾਰਤ ਪੱਖੋਂ ਕਿੰਨਾ ਹੋ ਚੁੱਕਿਆ ਹੈ ਉਹਦੀ ਜਾਣਕਾਰੀ ਸਾਨੂੰ ਦੇਣਗੇ ਭਾਈ ਮਰਦਾਨਾ ਜੀ ਦਾ ਜਿਹੜਾ ਪਰਿਵਾਰ ਹੈਗਾ ਉਹ ਪਾਕਿਸਤਾਨ ਦੇ ਵਿੱਚ ਇਸ ਟਾਈਮ ਰਹਿ ਰਿਹਾ ਹੈਗਾ ਉਹਨਾਂ ਦੀ ਹਾਲ ਬਿਆਨੀ ਸਾਨੂੰ ਦੱਸਣਗੇ ਨਨਕਾਣਾ ਸਾਹਿਬ ਦੇ ਵਿੱਚ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ ਉੱਥੇ ਹੋਰ ਕੀ ਜ਼ਮੀਨੀ ਪੱਧਰ 'ਤੇ ਚਾਹੀਦਾ ਹੈ ਉਹਦੀ ਹਾਲ ਬਿਆਨੀ ਸਾਨੂੰ ਦੱਸਣਗੇ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦਾ ਸਵਾਗਤ ਇਹਨਾਂ ਦਾ ਕੀਤਾ ਗਿਆ ਜਿਹੜਾ ਨਗਰ ਕੀਰਤਨ ਉੱਥੇ ਪਹੁੰਚ ਰਿਹਾ ਕਿਸ ਤਰੀਕੇ ਦਾ ਸਵਾਗਤ ਉੱਥੇ ਕੀਤਾ ਜਾ ਰਿਹਾ ਔਰ ਡਿਪਲੋਮੈਟਿਕ ਰਿਲੇਸ਼ਨਸ਼ਿਪ ਤਾਂ ਖਤਮ ਹੋ ਗਏ ਲੇਕਿਨ ਅੱਜ ਜਿਹੜੀ ਸਦਭਾਵਨਾ ਪਾਕਿਸਤਾਨ ਦੇ ਵਿੱਚ ਵਸਦੇ ਨਿਵਾਸੀਆਂ ਦੇ ਵਿੱਚ ਹੈ ਉਹ ਕੀ ਹਾਲ ਬਿਆਨੀ ਕਰਦੀ ਹੈ ਇਹਦੀ ਹਾਲ ਬਿਆਨੀ ਅਸੀਂ ਗੁਰਿੰਦਰਪਾਲ ਸਿੰਘ ਜੋਸਨ ਤੋਂ ਲਵਾਂਗੇ ਇਸ ਮਸਲੇ ਦੇ ਉੱਤੇ ਇਹਨੂੰ ਮੁੱਦਾ ਨਹੀਂ ਬਣਾਵਾਂਗੇ ਇਸ ਮਸਲੇ ਦੇ ਉੱਤੇ ਅਸੀਂ ਲਵਾਂਗੇ ਅੱਜ ਹਾਲ ਬਿਆਨੀ ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਗੱਲ ਅਸੀਂ ਕਰ ਰਹੇ ਸੀਗੇ ਕਿ ਹਾਲ ਬਿਆਨੀ ਹਾਲ ਫਿਲਹਾਲ ਦੇ ਵਿੱਚ ਨਨਕਾਣਾ ਸਾਹਿਬ ਦੀ ਸਥਿਤੀ ਕੀ ਹੈਗੀ ਹੈ ਕਿਉਂਕਿ ਅਸੀਂ ਕਰਤਾਰਪੁਰ ਲਾਂਘੇ ਦੀ ਤਾਂ ਚਲੋ ਇੱਕ ਪਾਸੇ ਗੱਲ ਕਰ ਰਹੇ ਹਾਂ ਇਹ ਇੱਕ ਇਸ਼ੂ ਵੀ ਇੰਪੋਰਟੈਂਟ ਹੈਗਾ ਸਾਡੇ ਲਈ ਲੇਕਿਨ ਹਾਲ ਬਿਆਨੀ ਮੈਂ ਜ਼ਰੂਰ ਜਾਣਨਾ ਚਾਹੁੰਦਾ ਨਨਕਾਣਾ ਸਾਹਿਬ ਦੀ ਉੱਥੇ ਪੰਜਾ ਸਾਹਿਬ ਦੀ ਔਰ ਜਦ ਮੈਂ ਭਾਈ ਮਰਦਾਨਾ ਜੀ ਦੀ ਗੱਲ ਕਰਦਾ ਤਾਂ ਉਹਨਾਂ ਦੀ 18th ਅਤੇ 19th ਜਨਰੇਸ਼ਨ ਜਿਹੜੀ ਹੈ ਉਹ ਉੱਥੇ ਮੌਜੂਦ ਹੈ ਰਾਏ ਬੁਲਾਰ ਜੀ ਦੀ ਜਿਹੜੀ ਜਨਰੇਸ਼ਨ ਹੈਗੀ ਹੈ ਸਾਈਂ ਮੀਆਂ ਮੀਰ ਦੀ ਜਿਹੜੀ ਗੱਦੀ ਹੈਗੀ ਹੈ ਉਹ ਕਿਹਦੇ ਕੋਲ ਹੈ ਕਿ ਸਾਨੂੰ ਅਧਿਆਤਮਕ ਕੁਝ ਫੀਲ ਆਉਂਦੀ ਹੈ ਉਸ ਧਰਤੀ ਦੇ ਉੱਤੇ ਜਾ ਕੇ ਅਸੀਂ ਜ਼ਰੂਰ ਇਸ ਗੱਲ ਨੂੰ ਲੰਬੇ ਸਮੇਂ ਤੋਂ ਕਹਿੰਦੇ ਹੋਏ ਆ ਰਹੇ ਸੀਗੇ ਕਿ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰ ਕਰਾਉਣਾ ਕਿ ਉਹ ਖੁੱਲ੍ਹੇ ਅਤੇ ਦਰਸ਼ਨ ਉੱਥੇ ਦੀਦਾਰ ਹੁੰਦੇ ਹਨ ਗੁਰੂ ਸਾਹਿਬਾਨਾਂ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਸਾਨੂੰ ਕੀ ਫੀਲਿੰਗ ਆਉਂਦੀ ਹੈ ਕਿ ਉਹ ਅਧਿਆਤਮਕ ਐਸੈਂਸ ਜਿਹੜਾ ਸਾਡੀ ਬੋਡੀ ਨੂੰ ਮਿਲਦਾ ਇਹਦੀ ਹਾਲ ਬਿਆਨੀ ਲੈਂਦੇ ਹਾਂ ਸਾਂਝਾ ਪੰਜਾਬ ਤੋਂ ਸਾਡੇ ਨਾਲ ਮੌਜੂਦ ਹਨ ਗੁਰਿੰਦਰਪਾਲ ਸਿੰਘ ਜੋਸਨ ਤੁਹਾਡਾ ਨਿੱਘਾ ਸਵਾਗਤ ਕਰਦਾ ਇਸ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਲੇਮੈਨ ਕੁਐਸਚਨ ਕਿਵੇਂ ਲੱਗਿਆ ਤੁਹਾਨੂੰ ਨਨਕਾਣਾ ਸਾਹਿਬ ਜਾ ਕੇ ਔਰ ਅਧਿਆਤਮਕ ਦੀ ਜਦ ਮੈਂ ਗੱਲ ਕਰਦਾ ਫੀਲਿੰਗ ਦੀ ਕਿ ਉਹ ਫੀਲਿੰਗ ਤੁਹਾਡੇ ਵਿੱਚ ਆਈ ਵੇਖਣ ਨੂੰ ਮਿਲੀ ਹਾਲ ਬਿਆਨੀ ਕੀ ਦੱਸਣਾ ਚਾਹੂੰਗੇ ਨਨਕਾਣਾ ਸਾਹਿਬ ਦੀ ਹਾਂਜੀ ਪਹਿਲੇ ਤਾਂ ਜਸ ਟੀਵੀ ਅਤੇ ਉਹਨਾਂ ਦੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਹਾਂ ਅਤੇ ਆਪ ਜੀ ਬਹੁਤ ਹੀ ਵਧੀਆ ਮੁੱਦਾ ਹਮੇਸ਼ਾ ਨਵੀਂ ਤੋਂ ਨਵਾਂ 'ਚ ਲੈ ਕੇ ਆਉਂਦੇ ਜੀ ਹੁਣ ਕਰਤਾਰਪੁਰ ਬਾਰੇ ਜਿਹੜੀ ਗੱਲ ਕਰ ਰਹੇ ਮੈਂ ਅੱਜ ਤੱਕ ਹਮੇਸ਼ਾ ਸੋਚਦਾ ਸੀ ਵੀ ਪਾਕਿਸਤਾਨ ਜਿੱਦਾਂ ਅਸੀਂ ਅਰਦਾਸ 'ਚ ਹਮੇਸ਼ਾ ਮੰਗਦੇ ਹਾਂ ਉੱਥੋਂ ਦੇ ਦਰਸ਼ਨ ਦੀਦਾਰੇ ਕਰਨੇ ਅਤੇ ਲਾਈਫ 'ਚ ਹਮੇਸ਼ਾ ਸੋਚਿਆ ਸੀ ਜਾਣ ਬਾਰੇ ਪਰ ਮੈਂ ਇੱਕ ਆਪਣਾ ਮਿਸ਼ਨ ਰੱਖਿਆ ਸੀ ਲਾਈਫ 'ਚ ਵੀ ਸਾਰਾਗੜੀ ਦਾ ਮਿਸ਼ਨ ਜਦੋਂ ਵੀ ਮੈਂ ਪੂਰਾ ਕਰਾਂਗਾ ਉਸੇ ਸਿਲਸਿਲੇ 'ਚ ਇਹ ਸਾਰੇ ਕਿਤੇ ਜਾਵਾਂਗਾ ਅੱਜ ਅਸੀਂ ਉਸ ਟੌਪਿਕ 'ਤੇ ਸਾਰਾਗੜੀ 'ਤੇ ਗੱਲ ਨਹੀਂ ਕਰਾਂਗੇ ਕਰਤਾਰਪੁਰ ਬਾਰੇ ਜਿਹੜੀ ਸੀ ਪਹਿਲੀ ਗੱਲ ਤਾਂ ਨਨਕਾਣਾ ਸਾਹਿਬ ਜੀ ਤੋਂ ਅਸੀਂ ਜਾਈਦਾ ਬਿਲਕੁਲ ਅਸੀਂ ਦੁਨੀਆ ਤੋਂ ਅਲੱਗ ਹੋ ਜਾਂਦਾ ਗੁਰੂ ਨਾਨਕ ਸਾਹਿਬ ਜਿੱਥੇ ਜਨਮ ਲਿਆ ਕਰਤਾਰਪੁਰ ਜਿੱਥੇ ਉਹਨਾਂ ਦਾ ਅੰਤਲਾ ਸਮਾਂ ਸੀ 18-20 ਸਾਲ ਉਹਨਾਂ ਨੇ ਖੇਤੀਬਾੜੀ ਕੀਤੀ ਉਹ ਅੱਜ ਵੀ ਉਹਨਾਂ ਦੀਆਂ ਵੇਵਸ ਉੱਥੇ ਮਿਲ ਜਾਂਦੀਆਂ ਨੇ ਠੀਕ ਹੈ ਪੰਜਾਬ ਸਾਹਿਬ ਵੀ ਅਸੀਂ ਗਏ ਹਰ ਜਗ੍ਹਾ 'ਤੇ ਦਰਸ਼ਨ ਦੀਦਾਰੀ ਕੀਤੇ ਅਤੇ ਵੱਡੀ ਸਭ ਤੋਂ ਗੱਲ ਆ ਜੋ ਉੱਥੋਂ ਦੇ ਲੋਕ ਪਿਆਰ ਮੁਹੱਬਤ ਨਾਲ ਮਿਲਦੇ ਨੇ ਸੜਕਾਂ 'ਤੇ ਤੁਰਦੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਖਿਲਾਰ ਖਿਲਾਰ ਕੇ ਮਿਲਦੇ ਨੇ ਉਹ ਕਦੀ ਕਿਤੇ ਨਹੀਂ ਮਿਲ ਸਕਦੀ ਚੀਜ਼ ਠੀਕ ਹੈ ਜੀ ਕਿਉਂਕਿ ਇਹ ਬਿਲਕੁਲ ਨਵਾਂ ਐਕਸਪੀਰੀਅੰਸ ਸੀ ਮੇਰੇ ਵਾਸਤੇ ਹੁਣ ਸਭ ਤੋਂ ਪਹਿਲੇ ਅਸੀਂ ਕਰਤਾਰਪੁਰ ਗਏ ਸੀ ਉੱਥੋਂ ਦੇ ਸਾਰੇ ਪ੍ਰੋਜੈਕਟ ਦੇਖੇ ਬੜੇ ਜੰਗੀ ਪੱਧਰ 'ਤੇ ਕੰਮ ਹੋ ਰਿਹਾ ਬਹੁਤ ਸੋਹਣਾ ਫਿਰ ਉੱਥੋਂ ਹੀ ਇੱਕ ਆਰਮੀ ਆਫਿਸਰ ਦੀ ਡਰਾਈਵਰ ਪਠਾਨ ਸੀ ਉਹਦੀ ਜੀਪ ਲੈ ਕੇ ਅਸੀਂ ਡੇਰਾ ਬਾਬਾ ਨਾਨਕ ਤੱਕ ਚਲ ਗਏ ਰਾਵੀ ਦਰਿਆ ਨੂੰ ਕ੍ਰੋਸ ਕੀਤਾ ਉਹਨਾਂ ਦਾ ਆਰਮੀ ਵਾਲਿਆਂ ਦਾ ਪੁਲ ਸੀ ਜਿਹੜਾ ਪੁਲ ਤਕਰੀਬਨ ਜ਼ਿਆਦਾਤਰ ਕੰਮ ਪਾਕਿਸਤਾਨ ਵਾਲੀ ਸਾਈਡ 'ਤੇ ਹੈਗਾ ਠੀਕ ਹੈ 4-4.5 ਕਿਲੋਮੀਟਰ ਦੇ ਕਰੀਬ ਉਹਨਾਂ ਨੇ ਪੁਲ ਤਿਆਰ ਕਰ ਚੁੱਕੇ ਹੈ ਸਿਰਫ ਉਹਦਾ ਉਦਘਾਟਨ ਹੋਣਾ ਠੀਕ ਹੈ ਅਤੇ ਸ਼ੱਕਰਗੜ੍ਹ ਤੋਂ ਲੈ ਕੇ ਕਰਤਾਰਪੁਰ ਜਿਹੜਾ ਹੈਗਾ ਉਹ 2.5 ਕਿਲੋਮੀਟਰ ਦੀ ਕੱਚੀ ਸੜਕ ਬਣ ਚੁੱਕੀ ਸੀ ਹੁਣ ਲੁੱਕ ਪੈਣੀ ਸ਼ੁਰੂ ਹੋ ਗਈ ਹੈ ਠੀਕ ਹੈ ਜੀ ਅਤੇ ਕੰਮ ਬਹੁਤ ਵਧੀਆ ਹੋ ਰਿਹਾ ਫਿਰ ਉੱਥੋਂ ਦੇ ਜਿਹੜੇ ਕੇਅਰ ਟੇਕਰ ਸੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ
ਉਹਨਾਂ ਨੂੰ ਸਾਰੇ ਪ੍ਰੋਜੈਕਟ ਪੁੱਛੇ ਕਿਸ ਤਰ੍ਹਾਂ ਵੱਡਾ ਦੀਵਾਨ ਹਾਲ ਬਣ ਰਿਹਾ। ਪ੍ਰਕਾਸ਼ ਚੰਦਰ ਵੀ ਰਹੇਗਾ ਅਸਲੀ ਜਗ੍ਹਾ 'ਤੇ ਪਰ ਨਵੀਂ ਜਗ੍ਹਾ 'ਤੇ ਬਾਹਰ ਕੀਤਾ ਜਾਏਗਾ ਵੱਡੇ ਕੀਰਤਨ ਦਰਬਾਰ ਲਈ। ਟੋਟਲ ਉਹਨਾਂ ਨੇ ਦੱਸਿਆ ਵੀ 10,000 ਦੇ ਕਰੀਬ ਸੰਗਤਾਂ ਇੱਥੇ ਪ੍ਰਬੰਧ ਉਹ ਕਰ ਰਹੇ ਰਹਿਣ ਦਾ, ਠੀਕ ਹੈ ਜੀ। ਪਰ ਇਹ ਫੇਸ ਵਾਈਜ਼ ਹੋਏਗਾ। ਪਹਿਲੇ ਫੇਸ ਦੇ ਵਿੱਚ 700 ਤੋਂ 800 ਸੰਗਤਾਂ ਦੇ ਰਹਿਣ ਦੀ ਰਿਹਾਇਸ਼ ਤਕਰੀਬਨ ਤਿਆਰ ਹੋ ਚੁੱਕੀ ਹੈ, ਠੀਕ ਹੈ। ਉਹਨਾਂ ਨੂੰ ਪੇਂਟ ਵਗੈਰਾ ਰਹਿ ਗਿਆ, ਇੱਕ ਉਹਨਾਂ ਨੇ ਲਾਇਬ੍ਰੇਰੀ ਬਣਾਈ ਆ, ਮਿਊਜ਼ੀਅਮ ਤਿਆਰ ਹੋ ਰਿਹਾ, ਅਤੇ 3 ਪੁਰਾਤਨ ਖੂਹ ਸੀ। ਇੱਕ ਸਭ ਤੋਂ ਵੱਡਾ ਜਿਹੜਾ ਪੁਰਾਤਨ ਖੂਹ ਜਿੱਥੋਂ ਗੁਰੂ ਨਾਨਕ ਸਾਹਿਬ ਜੀ ਖੁਦ ਆਪ ਟਿੰਡਾਂ ਦੇ ਨਾਲ ਚਲਾ ਕੇ ਉਹ ਬੈਲ ਗੇੜ ਕੇ ਪਾਣੀ ਕਰਦੇ ਹੁੰਦੇ ਸੀ, ਉਹਦੇ ਅਸੀਂ ਦਰਸ਼ਨ ਕੀਤੇ। ਉਸ ਦਾ ਜਲ ਇੰਨਾ ਕੁ ਮਿੱਠਾ, ਇਸ ਤੱਕ ਕੋਈ ਕਦੀ ਪਾਣੀ ਨਹੀਂ ਪੀਤਾ, ਅੱਛਾ, ਇੰਨਾ ਸਵਾਦ ਆ ਉਹ ਜਲ। ਅਤੇ ਉਸੇ ਜਗ੍ਹਾ 'ਤੇ 71 ਦੀ ਜਿੱਥੋਂ ਇੰਡੀਆ ਪਾਕਿਸਤਾਨ ਦੀ ਲੜਾਈ ਹੋਈ ਸੀ, ਅਤੇ ਬਾਈ ਮਿਸਟੇਕ ਕਹਿ ਸਕਦੇ ਜਾਂ ਅਚਨਚੇਤ ਕਹਿ ਸਕਦੇ, ਇੰਡੀਅਨ ਏਅਰਫੋਰਸ ਦਾ ਇੱਕ ਜਿਹੜਾ ਪਾਇਲਟ ਨੇ ਉੱਪਰੋਂ ਇੱਕ ਬੰਬ ਸੁੱਟਿਆ ਸੀ, ਐਗਜੈਕਟਲੀ ਉਹ ਕਰਤਾਰਪੁਰ ਖੂਹ ਦੇ ਕੋਲ ਜਾ ਕੇ ਡਿੱਗਿਆ ਸੀ ਪਰ ਫਟਿਆ ਨਹੀਂ। ਅੱਜ ਵੀ ਉਹਨਾਂ ਨੇ ਉੱਥੇ ਉਹਨੂੰ ਸ਼ੀਸ਼ੇ 'ਚ ਫਰੇਮ ਕਰਕੇ ਰੱਖਿਆ ਹੋਇਆ। ਅੱਛਾ, ਹਾਂਜੀ, ਉਹ ਜੀ ਵੀ ਉਸੇ ਤਰ੍ਹਾਂ, ਠੀਕ ਹੈ। ਅਤੇ ਜਿਹੜੀ ਗੁਰਦੁਆਰਾ ਸਾਹਿਬ ਦਾ ਪੁਰਾਣਾ ਸਟਰਕਚਰ ਹੈਗਾ ਮਹਾਰਾਜਾ ਪਟਿਆਲਾ ਜੀ ਵੱਲੋਂ ਬਣਾਇਆ ਗਿਆ ਸੀ, ਉਸਦੇ ਗਰਾਊਂਡ ਫਲੋਰ ਤੋਂ ਬਾਹਰ ਹੀ ਇਸੇ ਜਗ੍ਹਾ 'ਤੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਏ ਸੀ, ਫਿਰ ਮੁਸਲਮਾਨਾਂ ਅਤੇ ਸਿੱਖ ਅਤੇ ਹਿੰਦੂਆਂ ਵਿੱਚ ਆਪਸ 'ਚ ਝਗੜਾ ਹੋ ਗਿਆ ਸੀ। ਉਹ ਕਹਿੰਦੇ ਸੀ ਇਹ ਸਾਡੇ ਗੁਰੂ ਆ, ਮੁਸਲਮਾਨ ਕਹਿੰਦੇ ਸੀ ਇਹ ਸਾਡੇ ਪੀਰ ਆ, ਅਸੀਂ ਇਹਨਾਂ ਦਾ ਸੰਸਕਾਰ ਕਰਾਂਗੇ। ਮੁਸਲਮਾਨ ਕਹਿੰਦੇ ਅਸੀਂ ਇਹਨਾਂ ਨੂੰ ਦਫਨਾਉਣਾ, ਜਿੱਦਾਂ ਉਹਨਾਂ ਦੀ ਰੀਤ ਸਪਿਰਚੁਅਲ ਰਿਚੁਅਲ ਚੱਲਦੇ ਆ, ਠੀਕ ਹੈ। ਫਿਰ ਉੱਥੇ ਵਿਦਵਾਨਾਂ ਨੇ ਕਿਹਾ ਜੀ ਤੁਸੀਂ ਚੱਦਰ ਚੁੱਕੀ, ਜੋ ਚੱਦਰ ਚੁੱਕੀ ਗੁਰੂ ਸਾਹਿਬ ਦਾ ਸਰੀਰ ਅਲੋਪ ਸੀ, ਕਿਉਂਕਿ ਸਾਡੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਨਾਨਕ ਸਾਹਿਬ ਸਣੇ ਸਰੀਰ ਗਏ ਆ, ਇਸ ਇਤਿਹਾਸ ਕਹਿੰਦਾ। ਫਿਰ ਉਸ ਜਗ੍ਹਾ ਤੋਂ ਉਹਨਾਂ ਨੇ ਚੱਦਰ ਪਾੜਤੀ, ਅੱਧੋ ਅੱਧ ਕਰਕੇ ਉਹਨਾਂ ਨੇ ਦਫਨਾ ਦਿੱਤੀ। ਉਹ ਜਗ੍ਹਾ ਗੁਰਦੁਆਰੇ ਸਾਹਿਬ ਤੋਂ ਨਿਸ਼ਾਨ ਸਾਹਿਬ ਦੇ ਬਿਲਕੁਲ ਓਪੋਜ਼ਿਟ ਬਾਹਰ ਬਣੀ ਹੋਈ ਹੈ, ਜਿੱਥੇ ਉਹਨਾਂ ਨੇ ਕਬਰ ਬਣਾਈ ਹੈ। ਅਤੇ ਜਿਹੜੀ ਜਗ੍ਹਾ 'ਤੇ ਸੰਸਕਾਰ ਸਿੱਖਾਂ ਨੇ ਕੀਤਾ ਉਹ ਗੁਰਦੁਆਰੇ ਦੇ ਗਰਾਊਂਡ ਫਲੋਰ 'ਤੇ ਹੈਗੀ ਹੈ। ਪਰ ਉਸੇ ਰਾਤ ਨੂੰ ਰਾਵੀ 'ਚ ਹੜ੍ਹ ਆਇਆ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਇਹ ਚੀਜ਼ਾਂ ਪਸੰਦ ਨਹੀਂ ਸੀ ਨਾ। ਉਹ ਸਾਰੀ ਉਮਰ ਉਹਨਾਂ ਨੇ ਬਾਣੀ 'ਚ ਵੀ ਉਚਾਰਨ ਕੀਤਾ, ਮੜੀ ਮਸਾਨਾ ਤੋਂ ਦੂਰ ਉਹਨਾਂ ਨੇ ਕਿਹਾ ਕੋਈ ਪੱਥਰ ਪੂਜਾ ਨਹੀਂ ਕਰਨੀ, ਇਹ ਪਖੰਡ ਹੈਗੇ ਸਾਰੇ। ਇਸ ਲਈ ਉਹ ਦੋਨੋਂ ਚੀਜ਼ਾਂ ਰੁੜ ਗਈਆਂ, ਕੁਛ ਨਹੀਂ ਰਿਹਾ। ਪਰ ਜਿਹੜੀ ਜਗ੍ਹਾ 'ਤੇ ਉਹਨਾਂ ਨੇ ਸਭ ਕੁਝ ਕੀਤਾ ਸੀ, ਉਹਨਾਂ ਨੇ ਦੁਬਾਰਾ ਉਸੇ ਜਗ੍ਹਾ 'ਤੇ ਉਹ ਚੀਜ਼ਾਂ ਯਾਦਗਾਰ ਵਜੋਂ ਉਹ ਬਣਾ ਦਿੱਤੀਆਂ, ਠੀਕ ਹੈ। ਸੈਕੰਡ ਫਲੋਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ, 3rd ਫਲੋਰ ਬਿਲਕੁਲ ਖਾਲੀ ਹੈ। ਸਾਰੇ ਗੁਰਦੁਆਰੇ ਜੀ ਜੀ ਤੋਂ ਦਰਸ਼ਨ ਕਰੀਦੇ ਆ, ਸਿਰਫ ਸੈਕੰਡ ਫਲੋਰ ਜਿੱਥੇ ਪ੍ਰਕਾਸ਼ ਹੈਗਾ ਉਸ ਕਮਰੇ ਦੇ ਅੰਦਰ ਪੈਰ ਰੱਖਦੇ ਸਾਰੀ ਦੁਨੀਆ ਤੋਂ ਬੰਦਾ ਅਲੱਗ ਹੋ ਜਾਂਦਾ, ਠੀਕ ਹੈ ਜੀ। ਪਾਕਿਸਤਾਨ 'ਚ ਸਾਰੇ ਗੁਰਦੁਆਰੇ 'ਚ ਮੈਂ ਗਿਆ, ਸਿਰਫ 2 ਗੁਰਦੁਆਰਿਆਂ 'ਚ ਇਹ ਫੀਲਿੰਗ ਆਉਂਦੀ ਹੈ। ਕਿਹੜੇ ਕਿਹੜੇ ਜੀ? ਇਹ ਚੂਨਾ ਮੰਡੀ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਜੀ ਦਾ ਜਿੱਥੇ ਜਗ੍ਹਾ 'ਤੇ ਜਨਮ ਸਥਾਨ ਹੈ, ਉਹ ਵੀ ਗੁਰਦੁਆਰੇ ਦੇ ਸਾਰੇ ਸਟਰਕਚਰ 'ਚ ਘੁੰਮ ਲਓ ਬਾਹਰ, ਉੱਥੇ ਖੂਹ ਵੀ ਹੈਗਾ ਜਿੱਥੇ ਉਹ ਇਸ਼ਨਾਨ ਕਰਦੇ ਹੁੰਦੇ ਗੁਰੂ ਰਾਮਦਾਸ ਜੀ। ਪਰ ਉਸ ਕਮਰੇ ਜਿੱਥੇ ਪ੍ਰਕਾਸ਼ ਕੀਤਾ ਉਹਦੇ ਅੰਦਰ ਵੜਦੇ ਸਾਰੀ ਬਿਲਕੁਲ ਲਿੰਕ ਖਤਮ ਹੋ ਜਾਂਦਾ, ਜਿੰਨਾ ਬਿਲਕੁਲ ਸਪਿਰਚੁਅਲ ਤੋਂ ਹੀ ਸਵਰਗ 'ਚ ਪੁੱਜ ਗਏ ਜੀ। ਦੁਨੀਆਦਾਰੀ ਨਾਲ ਲਿੰਕ ਬਿਲਕੁਲ ਰਹਿੰਦਾ ਹੀ ਨਹੀਂ, ਮਤਲਬ ਅਜੀਬ ਜਿਹੀ ਫੀਲਿੰਗ ਹੁੰਦੀ ਜਿਹਦਾ ਤੁਸੀਂ ਹਵਾ 'ਚ ਤੈਰ ਰਹੇ ਜੀ। ਇਹ ਚੀਜ਼ ਦੋਨੋਂ ਗੁਰਦੁਆਰਿਆਂ 'ਚ ਹੈਗੀ, ਠੀਕ ਹੈ। ਅਤੇ ਉੱਥੋਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ, ਸਾਰੇ ਪ੍ਰੋਜੈਕਟ ਦੇਖੇ। ਉਹ ਕਹਿੰਦੇ ਜੀ ਬੜੀ ਜਲਦੀ ਇਹ ਕੰਪਲੀਟ ਹੋ ਜਾਣਗੇ। ਬਾਕੀ ਉਹਨਾਂ 'ਚ ਪਿਆਰ ਮੁਹੱਬਤ ਬੜੀ ਸੀ। ਇੱਕ ਚੀਜ਼ ਦੀ ਸਿਰਫ ਕਮੀ ਮੈਨੂੰ ਲੱਗੀ ਕਰਤਾਰਪੁਰ 'ਚ। ਕਿਹੜੀ ਜੀ? ਉਹ ਕਮੀ ਇਹ ਸੀ, ਜਿੱਦਾਂ ਸਾਡੇ ਗੁਰਦੁਆਰਿਆਂ 'ਚ ਸਾਰਾ ਪ੍ਰਬੰਧ ਸਿੱਖਾਂ ਦੇ ਹੱਥਾਂ 'ਚ ਹੁੰਦਾ, ਸਾਰੇ ਸੇਵਾਦਾਰ ਗ੍ਰੰਥੀ ਹਰ ਕੋਈ ਸਿੱਖ ਹੁੰਦਾ, ਪਰ ਕਰਤਾਰਪੁਰ ਦੇ ਵਿੱਚ ਲੰਗਰ ਬਣਾਉਣ ਵਾਲਾ ਵੀ ਹਿੰਦੂ ਹੈਗਾ ਸੀ ਪਰਿਵਾਰ ਤੋਂ, ਜਿਹੜੇ ਵਰਤਾ ਰਹੇ ਸੀ ਸਾਰੇ ਮੁਸਲਮਾਨ ਸੀ, ਅਤੇ ਜਿਹੜੇ ਅੰਦਰ ਸੇਵਾਦਾਰ ਵੀ ਉਹ ਸਾਰੇ ਮੁਸਲਮਾਨ, ਪ੍ਰਸ਼ਾਦ ਵਰਤਾਉਣ ਵਾਲਾ ਵੀ ਈਵਨ ਮੁਸਲਮਾਨ। ਉਸ ਦਿਨ ਕਹਿੰਦੇ ਸੀ ਕੋਈ ਗ੍ਰੰਥੀ ਗੋਬਿੰਦ ਸਿੰਘ ਕੰਮ ਕਰਦੇ ਉੱਥੇ ਜਾਓ, ਪਰ ਉਸ ਦਿਨ ਉੱਥੇ ਨਹੀਂ ਸੀ, ਅਸੀਂ ਜਿੱਦਣ ਗਏ ਉੱਦਣ ਕੋਈ ਨਹੀਂ ਸੀ ਉੱਥੇ। ਅਤੇ ਬਾਕੀ ਗੁਰਦੁਆਰਿਆਂ 'ਚ ਅਸੀਂ ਗਏ ਹਾਂ, ਜਿੰਨੇ ਵੀ ਹੈਗੇ ਤਕਰੀਬਨ ਅਸੀਂ ਵੇਖੇ। ਪਾਕਪਟਨ ਤੱਕ ਸ਼ੇਖ ਬਾਬਾ ਫਰੀਦ ਜੀ ਦੀ ਵੀ ਜਾ ਕੇ ਜਗ੍ਹਾ ਦੇਖੀ, ਹਰ ਜਗ੍ਹਾ 'ਤੇ ਘੁੰਮ ਕੇ ਆਏ ਅਸੀਂ। ਪਰ ਇਹ ਮੈਨੂੰ ਕਮੀ ਲੱਗੀ ਵੀ ਉੱਥੋਂ ਦਾ ਪ੍ਰਬੰਧ ਦੇ ਵਿੱਚ ਸਿੱਖਾਂ ਨੂੰ ਸ਼ਾਮਿਲ ਕਰਨਾ ਚਾਹੀਦਾ, ਸੇਵਾਦਾਰ ਘੱਟ ਤੋਂ ਘੱਟ। ਫਿਰ ਉੱਥੋਂ ਦਾ ਜਿਹੜਾ ਪ੍ਰਬੰਧਕ ਸੀ ਕਰਤਾਰਪੁਰ ਦਾ, ਉਕਾਬ ਬੋਰਡ ਦਾ, ਉਹਨੂੰ ਮੈਂ ਕਿਹਾ, ਮੈਂ ਕਿਹਾ ਜੇ ਤੁਹਾਡੀ ਮਸਜਿਦ ਦੇ ਵਿੱਚ ਮੈਂ ਜਾ ਕੇ ਸ਼ੁਰੂ ਕਰਨਾ ਹੈ ਜੇ ਮੁਲਾਣੇ ਦਾ ਕੰਮ, ਤਾਂ ਉਹ ਤੁਹਾਨੂੰ ਪਸੰਦ ਆਏਗਾ, ਕਿਉਂਕਿ ਮੈਨੂੰ ਤੁਹਾਡੇ ਧਰਮ ਬਾਰੇ ਪਤਾ ਹੀ ਨਹੀਂ, ਅਤੇ ਤੁਸੀਂ ਇੱਥੇ ਕਿੱਦਾਂ ਪ੍ਰਕਾਸ਼ ਕਰ ਸਕਦੇ ਹੋ, ਕਿੱਦਾਂ ਸੁੱਖ ਆਸਨ ਸਭ ਕਰਦੇ ਹੋ? ਉਹ ਫਿਰ ਲਾਜਵਾਬ ਸੀ, ਔਰ ਕੋਈ ਜਵਾਬ ਕੋਈ ਨਹੀਂ ਸੀ। ਅਤੇ ਮੇਰੀ ਇਹ ਕੋਸ਼ਿਸ਼ ਸੀ, ਮੈਂ ਹਰ ਗੁਰਦੁਆਰੇ 'ਚ ਗਿਆ, ਮੈਂ ਖੁਦ ਆਪ ਹੁਕਮਨਾਮਾ ਲਿੱਤਾ। ਅਤੇ ਉੱਥੇ ਗ੍ਰੰਥੀ ਸਿੰਘ ਵੀ ਜਿਹੜੇ ਸੀਗੇ ਮੁਸਲਿਮ ਭਾਈਚਾਰੇ ਤੋਂ ਸੀਗੇ? ਗ੍ਰੰਥੀ ਹੈ ਹੀ ਨਹੀਂ ਸੀ ਉਸ ਦਿਨ। ਅੱਛਾ, ਹਾਂਜੀ, ਬਾਅਦ 'ਚ ਅਸੀਂ TV ਵਗੈਰਾ 'ਤੇ ਦੇਖਦੇ ਜਿਹੜੇ ਉੱਥੋਂ ਪ੍ਰਚਾਰ ਕਰਦੇ ਕਰਤਾਰਪੁਰ ਤੋਂ, ਉਹਨਾਂ ਦਾ ਨਾ ਕੋਈ ਗੋਬਿੰਦ ਸਿੰਘ ਹੈਗੇ ਗ੍ਰੰਥੀ, ਪਰ ਉਸ ਦਿਨ ਉੱਥੇ ਮੌਜੂਦ ਨਹੀਂ ਸੀ, ਅਸੀਂ ਕਾਫੀ ਘੰਟੇ ਰਹੇ ਸਵੇਰ ਤੋਂ ਸ਼ਾਮ ਤੱਕ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਆਖਣਾ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਪ੍ਰਤੀਕਰਮ ਦੇਣਾ ਚਾਹੁੰਦੇ ਹੋ, ਤੁਸੀਂ ਵੀ ਅਗਰ ਜੇ ਹਾਲ ਫਿਲਹਾਲ ਦੇ ਵਿੱਚ ਨਨਕਾਣਾ ਸਾਹਿਬ ਹੋ ਕੇ ਆਏ ਹੋ, ਜਾਂ ਫਿਰ ਤੁਸੀਂ
ਪਲਾਨ ਕਰੇ ਨਨਕਾਣਾ ਸਾਹਿਬ ਜਾਣ ਦਾ, ਤਾਂ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈ ਤੁਸੀਂ ਜ਼ਰੂਰ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ, ਔਰ ਤੁਸੀਂ ਗੁਰੂ ਰਿੰਦਰਪਾਲ ਸਿੰਘ ਜੀ ਹੋਰਾਂ ਤੋਂ ਸਵਾਲ ਦਾ ਜਵਾਬ ਲੈ ਸਕਦੇ ਹੋ, ਕਿਉਂਕਿ ਹਾਲ ਬਿਆਨੀ ਜਿਹੜੀ ਹਾਲ ਫਿਲਹਾਲ ਦੇ ਵਿੱਚ ਜ਼ਮੀਨੀ ਪੱਧਰ 'ਤੇ ਜਿਹੜੀ ਨਨਕਾਣਾ ਸਾਹਿਬ ਦੀ ਹੈ ਉਹ ਇਹ ਦੇ ਸਕਦੇ ਹਨ, ਹੁਣੇ ਹੀ ਹੋ ਕੇ ਆਏ ਹਨ, ਜਿਵੇਂ ਕਿ ਦੱਸਿਆ ਕਿ ਭਾਈ ਮਰਦਾਨਾ ਜੀ ਦੀ ਜਿਹੜੀ 18ਵੀਂ ਅਤੇ 19ਵੀਂ ਜਿਹੜੀ ਉਹਨਾਂ ਦੀ ਜਨਰੇਸ਼ਨ ਹੈ ਉਹ ਹਾਲ ਫਿਲਹਾਲ ਦੇ ਵਿੱਚ ਉੱਥੇ ਮੌਜੂਦ ਹੈ, ਅਤੇ ਮੈਂ ਹੁਣ ਉੱਥੇ ਦੀ ਸਿਕਿਉਰਿਟੀ ਦੇ ਪ੍ਰਬੰਧਾਂ ਨੂੰ ਲੈ ਕੇ ਗੱਲ ਕਰ ਲਵਾਂ, ਅਤੇ ਉਹ ਦੂਜਾ ਸਵਾਲ ਮੇਰਾ ਇਹ ਬਣਦਾ ਤੁਹਾਡੇ ਤੋਂ ਕਿ ਹੁਣ ਜਿਹੜਾ ਕਸ਼ਮੀਰ ਦਾ ਮਸਲਾ ਹੋਇਆ ਉਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿ ਕੀ ਕੁਝ ਸਿਆਸਤ ਜਿਹੜੀ ਹੈ ਉਹ ਵੇਖਣ ਨੂੰ ਮਿਲ ਸਕਦੀ ਹੈ, ਔਰ ਜਦ ਤੁਸੀਂ ਪਾਕਿਸਤਾਨ ਦੇ ਪੱਖੋਂ ਗਏ, ਨਿਵਾਸੀਆਂ ਨੂੰ ਮਿਲੇ ਪਾਕਿਸਤਾਨ ਦੇ, ਅਤੇ ਉਹਨੇ ਤੁਸੀਂ ਦੱਸਿਆ ਕਿ ਬੜੇ ਹੀ ਭਗਵਾ ਬਹੁਤ ਹੀ ਸਵਾਗਤ ਤੁਹਾਡਾ ਕੀਤਾ, ਉਹਨਾਂ ਦੀ ਲਾਜਵਾਬ ਆ, ਠੀਕ ਹੈ, ਜਿੰਨਾ ਉਹ ਪਿਆਰ ਦਿਲੋਂ ਕਰਦੇ ਆ ਅੱਜ ਤੱਕ ਕਿਤੇ ਨਹੀਂ ਵੇਖਿਆ। ਸਭ ਤੋਂ ਵੱਡੀ ਗੱਲ ਇਹ ਸੀ ਵੀ ਉੱਥੇ ਜਿੰਨੇ ਗੁਰਦੁਆਰੇ ਸਾਹਿਬ ਆ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ 'ਤੇ ਸੰਗਤ ਬਹੁਤ ਹੀ ਥੋੜ੍ਹੀ ਸਿੱਖਾਂ ਦੀ, ਉਹ ਦੂਸਰੀ ਜਗ੍ਹਾ 'ਤੇ 150 ਜਾਂ 200 ਤੱਕ ਸਿੱਖ ਪਰਿਵਾਰ ਨੇ, ਪਰ ਗੁਰਦੁਆਰਾ ਸਾਹਿਬ ਦੇ ਅੰਦਰ ਸਵੇਰ ਤੋਂ ਸ਼ਾਮ ਤੱਕ ਜਿੰਨੇ ਮੁਸਲਮਾਨ ਪਰਿਵਾਰਾਂ ਸਮੇਤ ਉੱਥੇ ਆਉਂਦੇ ਨੇ ਸਿੱਖ ਨਹੀਂ ਹੈਗੇ ਸੀ ਉੱਥੇ। ਅੱਛਾ, ਹਾਂਜੀ, ਬੁਰਕਾ ਪਾਇਆ ਕੁੜੀਆਂ ਨੇ ਕਾਲਜਾਂ ਦੀਆਂ, ਉਹ ਨਨਕਾਣਾ ਸਾਹਿਬ ਆ ਰਹੀਆਂ, ਮੱਥਾ ਟੇਕ ਰਹੀਆਂ, ਸਰੋਵਰ 'ਚ ਜਲ ਰਹਿ ਰਹੀਆਂ। ਮੈਂ ਤਾਂ ਵੇਖ ਕੇ ਹੈਰਾਨ ਸੀ ਵੀ ਅਸੀਂ ਕਿਹੜੀ ਜਗ੍ਹਾ 'ਤੇ ਆ ਗਏ, ਇੱਥੇ ਸਿੱਖ ਘੱਟ ਆ, ਮੁਸਲਮਾਨ ਜ਼ਿਆਦਾ। ਮੁਲਤਾਨ ਤੋਂ ਪਰਿਵਾਰ ਸਮੇਤ ਲੋਕ ਆਏ ਹੋਏ ਸੀ, ਹਰ ਇੱਕ ਕੋਈ ਜਿਹਨੂੰ ਵੀ ਪਤਾ ਲੱਗਦਾ ਸੀ ਮੇਰੇ ਵੱਲ ਦੇਖਦੇ ਸੀ, ਕਹਿੰਦੇ ਸਰਦਾਰ ਜੀ ਇੱਕ ਸੈਲਫੀ ਲੈਣੀ। ਕਾਲਜ ਦੀਆਂ ਕੁੜੀਆਂ ਤੱਕ ਜਦੋਂ ਅਸੀਂ ਬਾਜ਼ਾਰਾਂ ਹੀ ਸੜਕਾਂ 'ਤੇ ਘੁੰਮਦੇ ਸੀ ਉੱਥੇ ਵੀ ਕੁੜੀਆਂ, ਬੰਦੇ, ਬੱਚੇ ਸਭ ਕੋਈ ਖਲੋ ਖਲੋ ਕੇ ਫੋਟੋ ਖਿੱਚਦੇ। ਅੱਛਾ, ਮਤਲਬ ਹੱਦੋਂ ਬਾਅਦ ਇੱਜ਼ਤ ਕਰਦੇ ਆ। ਠੀਕ ਹੈ, ਅਤੇ ਮੈਂ ਉਹਨਾਂ ਨੂੰ ਫਿਰ ਕਿਹਾ ਤਾਂ ਮੈਂ ਕਿਹਾ ਮੈਨੂੰ ਸਿਕਿਉਰਟੀ ਦੀ ਲੋੜ ਨਹੀਂ ਕਿਉਂਕਿ ਇਹ ਸਾਰੇ ਆਪਣੇ ਆ ਪਿਆਰ ਕਰਨ ਵਾਲੇ। ਤਾਂ ਜਿਹੜੀ ਮੈਨੇਜਮੈਂਟ ਉੱਥੇ ਤੁਹਾਨੂੰ ਕੋਈ ਉੱਥੇ ਮੌਜੂਦ ਮਿਲੇਗੀ, ਕੋਈ ਮੈਨੇਜਮੈਂਟ ਜਿਹੜੀ ਹੈ ਉਹ ਧਿਆਨ ਦੇ ਰਹੀ ਹੈ ਜਾਂ ਫਿਰ ਸਿੱਖੀ ਦੇ ਪ੍ਰਚਾਰ ਲਈ ਉੱਥੇ ਕੰਮ ਹੋ ਰਿਹਾ ਹੈ, ਬੱਚਿਆਂ ਨੂੰ ਦੱਸਿਆ ਜਾ ਰਿਹਾ ਕਿ ਇਤਿਹਾਸ ਕੀ ਸੀਗਾ, ਅਜਿਹੀ ਚੀਜ਼ ਤੁਹਾਨੂੰ ਉੱਥੇ ਵੇਖਣ ਨੂੰ ਮਿਲੀ? ਉਹਦੇ ਵੀ ਸਵਾਲ ਆਪਾਂ ਜ਼ਰੂਰ ਲਵਾਂਗੇ, ਲੇਕਿਨ ਇੱਥੇ ਮੈਨੂੰ ਸਮਾਂ ਜਿਹੜਾ ਇੱਕ ਨਿੱਕੇ ਜਿਹੇ ਬ੍ਰੇਕ ਲਈ ਇੱਥੇ ਰੋਕ ਰਿਹਾ, ਜਦ ਮੈਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਜ਼ਰੂਰ ਲਵਾਂਗਾ ਇਸ ਸਵਾਲ ਦਾ ਜਵਾਬ, ਔਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇਕਰ ਤੁਸੀਂ ਮੈਨੂੰ ਲਿਖਣਾ ਵੀ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਲਿਖ ਸਕਦੇ ਹੋ harkeerat@justbroadcasting.com info@justbroadcasting.com ਦੇ ਉੱਤੇ। ਫਿਲਹਾਲ ਰੁਕਦੇ ਹਾਂ ਇੱਕ ਨਿੱਕੇ ਜਿਹੇ ਬ੍ਰੇਕ ਲਈ, ਫਿਰ ਲਵਾਂਗੇ ਹਾਲ ਬਿਆਨੀ ਨਨਕਾਣਾ ਸਾਹਿਬ ਦੀ। ਅਤੇ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ, ਅਤੇ ਮੇਰੇ ਨਾਲ ਹੁਣ ਫੋਨ ਲਾਈਨ ਦੇ ਉੱਤੇ ਆਲਮਦਾਰ ਸ਼ਾਹ ਜੀ ਮੌਜੂਦ ਹਨ, ਜੋ ਅਸੀਂ ਸਾਂਝੇ ਪੰਜਾਬ ਦੀ ਗੱਲ ਕਰਦੇ ਹਾਂ, ਔਰ ਉਸ ਪੰਜਾਬ ਦੀ ਗੱਲ ਕਰਦੇ ਹਾਂ ਜਿੱਥੇ ਇੱਕ ਪਾਸਾ ਪਾਕਿਸਤਾਨ ਦੇ ਵੱਲ ਹੈਗਾ ਔਰ ਇੱਕ ਪਾਸਾ ਭਾਰਤ ਦੇ ਵੱਲ ਹੈਗਾ, ਖਬਰਾਂ ਉੜਦੀਆਂ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਔਰ ਕਈ ਮੀਡੀਆ ਹਾਊਸਿਸ ਦੇ ਵਿੱਚ ਇਹ ਨਜ਼ਰ ਆ ਰਹੀਆਂ ਕਿ ਜਿਵੇਂ ਇੰਡੋ ਪਾਕ US ਟ੍ਰੇਡ ਬੰਦ ਹੋਇਆ ਅਤੇ ਪਾਕਿਸਤਾਨ ਦੀ ਤਰਫੋਂ ਇਹ 20 ਕਵਾਇਦ ਜਿਹੜੀ ਹੈ ਰੱਖੀ ਜਾ ਰਹੀ ਹੈ, ਔਰ ਕਿਉਂਕਿ ਜਿਹੜੇ ਉੱਥੇ ਦੇ ਵਿਰੋਧੀ ਧਿਰ ਨੇ ਉਹ ਜ਼ਰੂਰ ਸਰਕਾਰ ਦੇ ਉੱਤੇ ਦਬਾਅ ਬਣਾ ਰਹੇ ਨੇ ਕਿ ਕਰਤਾਰਪੁਰ ਲਾਂਘੇ ਨੂੰ ਵੀ ਰੋਕਿਆ ਜਾਏ। ਇਸ ਖਬਰ ਦੇ ਉੱਤੇ ਕਿੰਨੀ ਕੁ ਸੱਚਾਈ ਹੈਗੀ ਹੈ? ਆਲਮਦਾਰ ਸ਼ਾਹ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਤੋਂ ਇਸ ਸਵਾਲ ਦਾ ਜਵਾਬ ਲੈ ਲੈਂਦੇ ਹਾਂ। ਆਲਮਦਾਰ ਜੀ, ਸੁਣਨ 'ਚ ਆਇਆ ਕਿ ਕਰਤਾਰਪੁਰ ਲਾਂਘਾ ਬੰਦ ਕਰਨ ਜਾ ਰਹੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕਮ ਜੀ। ਇਹ ਮੁਮਕਿਨ ਹੀ ਨਹੀਂ ਹੈ ਜਨਾਬ, ਦੇਖੋ ਕਿੰਨੇ ਸਾਲਾਂ ਬਾਅਦ ਇਹ ਜਨਾਬ ਬਾਬਾ ਗੁਰੂ ਨਾਨਕ ਦੀ ਕਿਰਪਾ ਹੈ ਕਿ ਖੁੱਲ ਗਿਆ, ਤੇ ਖੁੱਲੇ ਆਏ ਰਸਤੇ ਤੋਂ ਬੰਦ ਨਹੀਂ ਹੁੰਦੇ ਨਾ, ਜਿੰਨਾ ਹੋਣ ਦੇਵਾਂਗੇ ਇਨਸ਼ਾਅੱਲਾ। ਇਹ ਬਿਲਕੁਲ ਗਲਤ ਖਬਰ ਹੈ। ਇਸ ਵਕਤ ਮੋਦੀ ਸਰਕਾਰ ਜਿਹੜੀ ਹੈ ਉਹਦੀ ਕੋਸ਼ਿਸ਼ ਹੈ, ਉਹਦੀ ਪਹਿਲੇ ਵੀ ਕੋਸ਼ਿਸ਼ ਸੀ ਕਿ ਨਾ ਖੁੱਲੇ, ਔਰ ਅਗਰ ਇਹ ਖੁੱਲ ਗਿਆ ਹੈ ਤੇ ਇਹ ਤਾਂ ਮੁਮਕਿਨ ਹੀ ਨਹੀਂ ਨਾ ਜੀ ਕਿ ਉਹਨੇ ਬੰਦ ਹੋਏ, ਤੇ ਨਾ ਹੀ ਪੰਜਾਬ ਵਿੱਚ ਅਸੀਂ ਇਨਸ਼ਾਅੱਲਾ ਇਹਨੂੰ ਬੰਦ ਹੋਣ ਦੇਵਾਂਗੇ। ਸਾਡੀ ਤਾਂ ਗਵਰਨਮੈਂਟ ਜਿਹੜੀ ਹੈ, ਸਾਡਾ ਗਵਰਨਰ ਪੰਜਾਬ ਸੋਰੀ ਮੁਹੰਮਦ ਸਰਵਰ, ਉਹ ਖੁਦ ਇਹਦੇ ਤੇ ਨਿਗਰਾਨੀ ਕਰ ਰਹੇ ਨੇ ਜੀ। ਨਨਕਾਣਾ ਸਾਹਿਬ ਵਿੱਚ ਯੂਨੀਵਰਸਿਟੀ ਬਣ ਰਹੀ ਹੈ, ਨਨਕਾਣਾ ਸਾਹਿਬ ਵਿੱਚ ਤੁਹਾਡੇ ਹੋ ਕੇ ਆਏ ਨੇ ਗੁਰਿੰਦਰਪਾਲ ਸਿੰਘ ਜੀ, ਮੈਂ ਬੜਾ ਅੱਲਾਹ ਤਾਲਾ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਇੱਥੋਂ ਜਿਸਲੇ ਜਾਣ ਲੱਗੇ ਨੇ ਤੇ ਬੜੇ ਖਦਸ਼ੇ ਲੈ ਕੇ ਗਏ ਸੀ, ਉੱਥੇ ਗਏ ਨੇ, ਮੈਂ ਵੀ ਉੱਥੇ ਸੀ ਮੌਜੂਦ। ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਇਹਨਾਂ ਦਾ ਸਵਾਗਤ ਹੋਇਆ ਹੈ। ਅਸੀਂ ਤਾਂ ਪੰਜਾਬ ਦੇ ਲੋਕ ਤਰਸਦੇ ਪਏ ਹਾਂ ਆਪਣੇ ਪੰਜਾਬੀ ਭਰਾਵਾਂ ਨੂੰ ਉੱਥੇ ਵੇਖਣ ਵਾਸਤੇ। ਅਸੀਂ ਉੱਥੇ ਬਾਬਾ ਫਰੀਦ ਗਏ ਹਾਂ, ਉੱਥੇ ਅਸੀਂ ਪੰਜਾਬ ਸਾਹਿਬ, ਹਸਨ ਅਬਦਾਲ, ਉਸ ਤੋਂ ਬਾਅਦ ਨਨਕਾਣਾ ਸਾਹਿਬ, ਸਾਰੀ ਜਗ੍ਹਾ ਗਏ ਨੇ। ਕਰਤਾਰਪੁਰ ਸਾਹਿਬ ਤੋਂ ਮਾਸ਼ਾਅੱਲਾ ਹੁਣ ਬਹੁਤ ਜ਼ਿਆਦਾ ਡਿਵੈਲਪ ਹੋ ਗਿਆ ਹੈ, ਉਹ ਤੋਂ ਉੱਥੇ ਤੋਂ ਜਿਹੜੀ ਇੱਕ ਜ਼ਮੀਨ ਏਕੜ ਉੱਥੇ 10-12 ਲੱਖ ਦਾ ਸੀ, ਉਹ 3-4 ਕਰੋੜ ਰੁਪਏ ਤੇ ਪਹੁੰਚ ਗਿਆ। ਉੱਥੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਖੁਸ਼ ਨੇ ਆਸ ਪਾਸ ਦੇ ਇਲਾਕਿਆਂ ਵਾਲੇ ਕਿ ਤੁਸੀਂ ਸੋਚ ਨਹੀਂ ਸਕਦੇ ਹੋ। ਪੂਰਾ ਨਾਰੋਵਾਲ ਜ਼ਿਲ੍ਹਾ, ਸ਼ਕਰਪੁਰ, ਜਿੰਨੇ ਇਲਾਕੇ ਨੇ ਸਾਰੇ ਹੀ। ਆਲਮਦਾਰ ਸ਼ਾਹ ਜੀ, ਤੁਸੀਂ ਹੁਣ ਇੱਕ ਗੱਲ ਕਹੀ ਕਿ ਮੋਦੀ ਸਰਕਾਰ ਚਾਹੁੰਦੀ ਹੈ ਕਿ ਇਹ ਕਰਤਾਰਪੁਰ ਲਾਂਘਾ ਕਿਉਂ ਨਾ ਖੁੱਲੇ, ਤਾਂ ਤੁਸੀਂ ਇਸ
ਗੱਲ ਨੂੰ ਕਿਸ ਲਿਹਾਜ਼ ਨਾਲ ਕਹਿ ਰਹੇ ਹੋ ਜਾਂ ਫਿਰ ਤੁਹਾਨੂੰ ਕਿਉਂ ਲੱਗਦਾ? ਮੈਨੂੰ ਇਸ ਵਾਸਤੇ ਲੱਗਦਾ ਹੈ ਜੀ ਕਿ ਜਿਸ ਵਕਤ ਤੁਹਾਨੂੰ ਪਤਾ ਹੈ ਕਿ ਸਿੱਧੂ ਸਾਹਿਬ ਨੇ ਚੀਫ ਆਫ ਆਰਮੀ ਸਟਾਫ ਨੂੰ ਤੇ ਰਿਕੁਐਸਟ ਕੀਤੀ ਸੀ ਤੇ ਦੇਖੋ ਦੋਨੋਂ ਜੱਟ ਨੇ ਦੋਨੋਂ ਸਰਦਾਰ ਨੇ ਇਧਰੋਂ ਬਾਜਵਾ ਸਾਹਿਬ ਉਹਨਾਂ ਨੇ ਕਿਹਾ ਜੀ ਬਿਸਮਿਲਾ ਔਰ ਇਹ ਜਿਸ ਵਕਤ ਖੁੱਲਿਆ ਉਹਦੇ ਚ ਇੰਨੀਆਂ ਜ਼ਿਆਦਾ ਹਰਡਲ ਇੰਡੀਆ ਸਰਕਾਰ ਦੀ ਤਰਫੋਂ ਆਈਆਂ ਨੇ ਕਿ ਉਹ ਪਹਿਲੇ ਕਹਿੰਦੇ ਸੀ ਇਹ ਕਿਸ ਤਰ੍ਹਾਂ ਇਹਦੇ ਰੂਲਸ ਹੀ ਨੀ ਤੈਅ ਕਰਦੇ ਸਨ। ਬੜੀਆਂ ਮੁਸ਼ਕਲਾਂ ਤੇ ਕੋਸ਼ਿਸ਼ਾਂ ਤੋਂ ਬਾਅਦ ਦੇ ਸਰਦਾਰ ਜੀ ਦੇ ਕੇ ਆਏ ਨੇ ਜੀ ਪੀ ਸਿੰਘ ਜੀ। ਹੁਣ ਤੋਂ ਉੱਤੇ ਡਿਵੈਲਪਮੈਂਟ ਇਤਨੀ ਹੋ ਗਈ ਹੈ ਜਨਾਬ, ਹੁਣ ਉਹ ਅਸੀਂ ਸਿਰਫ ਦੇਖਦੇ ਹਾਂ ਕਿ ਸਾਡੇ ਰਣਕਾਣਾ ਸਾਹਿਬ ਦੇ ਵਿੱਚ ਤੇ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਸਪਸ਼ਟੀਕਰਨ? ਜੀ ਇਨਸ਼ਾਅੱਲਾ ਸਾਰਾ ਹੋ ਜਾਏਗਾ ਇਸਤਾ ਇਸਤਾ। ਹਾਲੇ ਤੁਸੀਂ ਵੇਖੋ ਜੀ 70-75 ਸਾਲ ਹੋ ਗਏ, ਕਿਵੇਂ ਕਿੰਨੀਆਂ ਮੁਸ਼ਕਲਾਂ ਦੇ ਨਾਲ ਲਾਂਘਾ ਖੁੱਲਿਆ ਹੈ ਔਰ ਅੱਲਾ ਕਰੇ ਕਿ ਖੁੱਲੇ ਇਹ ਇਸ ਤੋਂ ਹੀ ਜ਼ਿਆਦਾ ਰਸਤੇ ਖੁੱਲਣ, ਬਾਕੀ ਦੇ ਬਾਰਡਰ ਵੀ ਖੁੱਲਣ ਸਾਰੇ ਪੰਜਾਬ ਵਾਸਤੇ। ਇਹ ਸਾਰੀ ਸਜ਼ਾ ਪੰਜਾਬ ਵਾਸਤੇ ਹੀ ਹੈ ਜੀ। ਇਹ ਵੇਖੋ ਨਾ ਜੀ, ਬਾਕੀ ਹੋਰ ਅਜਮੇਰ ਸ਼ਰੀਫ ਜਾ ਰਹੇ ਨੇ, ਉਧਰੋਂ ਆ ਰਹੇ ਨੇ, ਪੰਜਾਬ ਦੀ ਵਾਰੀ ਆ ਕੇ ਪਤਾ ਨੀ ਕੀ ਤਕਲੀਫ ਹੋ ਜਾਂਦੀ ਹੈ। ਜਿਸਲੇ ਪੰਜਾਬ ਦਾ ਨਾਂ ਲਓ ਪੰਜਾਬੀਆਂ ਨੂੰ ਹੀ ਨੀ ਰਲਣ ਦਿੰਦੇ ਆਪਸ ਵਿੱਚ। ਅੱਲਾ ਕਰੇ ਕਿ ਇਹ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਹੋਵੇ ਕਿ ਸਾਡੇ ਤੁਹਾਡੇ ਚੀਫ ਮਿਨਿਸਟਰ ਸਾਹਿਬ ਹੀ ਵੇਖ ਲਓ, ਉਹ ਹੀ ਨਹੀਂ ਕੋਈ ਐਗਰੀ ਨਹੀਂ ਕਰਦੇ ਪਏ ਤੁਹਾਡੇ। ਤੁਸੀਂ ਤਾਂ ਖੁਦ ਇੰਡੀਆ ਦੇ ਵਿੱਚ ਮੇਰੇ ਤੋਂ ਬਿਹਤਰ ਸਮਝਦੇ ਹੋ, ਹਾਲਾਂਕਿ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੂੰ ਤਾਂ ਚਾਹੀਦਾ ਸੀ, ਉਹ ਤਾਂ ਹੁਣ ਤੱਕ 4 ਚੱਕਰ ਲਾ ਚੁੱਕੇ ਹੁੰਦੇ ਕਰਤਾਰਪੁਰ ਸਾਹਿਬ ਦੇ, ਲੇਕਿਨ ਉਧਰੋਂ ਵੀਜ਼ਿਆਂ ਦਾ ਬੜਾ ਪ੍ਰੋਬਲਮ ਹੈ ਜੀ, ਆਉਣ ਹੀ ਨੀ ਦੇ ਰਿਹਾ ਸਰਦਾਰ ਸਾਹਿਬਾਨ ਨੂੰ। ਅਸੀਂ ਤਾਂ ਇੱਥੋਂ ਅਮਰੀਕਾ ਦੇ ਵਿੱਚ, ਹੁਣ ਤੁਸੀਂ ਵੇਖੋ ਕਿ ਲੇਕਿਨ ਭਾਰਤ ਸਰਕਾਰ ਦੀ ਤਰਫੋਂ ਇਹ ਕਿਹਾ ਜਾਂਦਾ ਸੀ ਕਿਉਂ ਪਾਕਿਸਤਾਨ ਦੇ ਨਾਲ ਹੱਥ ਮਿਲਾਈਏ, ਘੁਸਪੈਠ ਕਰਦਾ ਹੈ, ਉਸ ਤੋਂ ਬਾਅਦ ਅੱਤਵਾਦ ਫੈਲਾਉਂਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਲਜ਼ਾਮ ਲੱਗਦੇ ਹਨ, ਤਾਂ ਉਹਨਾਂ ਦਾ ਸਪਸ਼ਟੀਕਰਨ ਹੈ ਕਿ ਅਸੀਂ ਬਿਲਕੁਲ ਵੀ ਜਿਹੜਾ ਅੱਤਵਾਦ ਨੂੰ ਅਸੀਂ ਬਿਲਕੁਲ ਵੀ ਨਹੀਂ ਬਰਦਾਸ਼ਤ ਕਰਾਂਗੇ, ਇਹ ਹਮੇਸ਼ਾ ਭਾਰਤ ਸਰਕਾਰ ਵੱਲੋਂ ਕਿਹਾ ਜਾਂਦਾ। ਕੋਈ ਭਾਈ ਜੀ ਪੰਜਾਬੀ ਕੋਈ ਸਰਦਾਰ ਕੋਈ ਪੰਜਾਬ ਦਾ ਵੀ ਵੇਖਿਆ ਜੇ ਦਹਿਸ਼ਤ ਕਰ, ਤੁਸੀਂ ਆਪੇ ਵੇਖ ਲਓ, ਪੁੱਛੋ ਇਹ ਉੱਥੇ ਕਿੱਥੇ ਜਾਂਦੇ ਸੀ। ਉੱਥੇ ਪੁਲਿਸ ਵਾਲੇ ਖੜੇ ਹੋ ਗਏ, ਕਹਿੰਦੇ ਸੀ ਇੱਕ ਸਰਦਾਰ ਜੀ ਤਸਵੀਰ ਖਿਚਾ ਲਓ ਸਾਡਾ, ਉਹ ਤਾਂ ਤਰਸਦੇ ਤੇ ਲੂੰਦੇ ਪਏ ਨੇ ਜੀ। ਇਹ ਤਾਂ ਐਵੇਂ ਗੱਲਾਂ ਨੇ ਜਨਾਬ, ਕਿਹੜੇ ਕਿਹੜੇ ਪਾਕਿਸਤਾਨ ਦੇ ਪੱਖੋਂ ਕਰਤਾਰਪੁਰ ਲਾਂਘੇ ਦੀ? ਵੇਖੋ ਜੀ, ਕਰਤਾਰਪੁਰ ਦਾ ਲਾਂਘੇ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਹੋ ਗਿਆ, 75% ਕੰਮ ਮੁਕੰਮਲ ਹੈ। ਅਸੀਂ ਹੁਣ ਜਾ ਰਹੇ ਹਾਂ ਮੈਂ ਅਗਸਤ ਦੇ ਐਂਡ ਚ, ਤੁਸੀਂ ਦੁਆ ਕਰੋ ਤੇ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਕਿ ਕਿਹੜੀ ਉਹਦੀ ਫਾਈਨਲ ਡੇਟ ਹੈ। ਅਸੀਂ ਤਾਂ ਜਨਾਬ ਸਰਦਾਰਾਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਅਸੀਂ ਤਾਂ ਬਿਸਮਿਲਾ ਕਰਦੇ ਆ, ਖੁਸ਼ ਲਓ ਪੰਜਾਬ ਵਿੱਚ ਹੋ ਕੇ ਆਏ ਨੇ। ਇਹ ਤੁਹਾਡੇ ਸਾਹਮਣੇ ਜੀ ਪੀ ਸਿੰਘ ਜੀ ਸਭ ਤੋਂ ਵੱਡੀ ਮਿਸਾਲ ਨੇ, ਇਹ ਤੁਹਾਨੂੰ ਦੱਸਣਗੇ ਕਿ ਉੱਥੇ ਕਿੰਨੀ ਸਰਦਾਰਾਂ ਦੀ ਇੱਜ਼ਤ ਹੈ। ਸਨ ਮੈਨੂੰ ਤਾਂ ਕਾਲਾਂ ਆ ਰਹੀਆਂ ਨੇ ਕਿ ਉਹ ਸਰਦਾਰ ਜੀ ਆਏ ਸੀ, ਉਹ ਕਹੇ ਸਾਡੇ ਡਿਪਟੀ ਕਮਿਸ਼ਨਰ ਨੇ, ਸਾਹੀਵਾਲ ਦੇ ਡਿਪਟੀ ਕਮਿਸ਼ਨਰ ਨੇ ਇਹਨਾਂ ਦਾ ਖਾਣਾ ਕੀਤਾ, ਪੁੱਛ ਲਓ ਆਪਣੇ ਘਰ ਬੁਲਾ ਕੇ ਸਰਕਾਰੀ ਤੌਰ ਤੇ ਇਹਨਾਂ ਨੂੰ ਜਿਤਨੀ ਉੱਥੇ ਤਨਜ਼ੀਮਾਂ ਸੋਸ਼ਲ ਕੰਮ ਕਰ ਰਹੀਆਂ ਨੇ, ਪੰਜਾਬ ਵਾਸਤੇ ਕੰਮ ਕਰ ਰਹੀਆਂ ਨੇ, ਸਾਰਿਆਂ ਨੇ ਫੰਕਸ਼ਨ ਕੀਤੇ ਨੇ ਜੀ ਸਰਦਾਰ ਜੀ ਦੇ ਆਨਰ। ਔਰ ਇੰਨੀ ਇਹਨਾਂ ਦੀ ਲੇਸੀ, ਇੱਕ ਇੱਕ ਦਿਨ 6-6 ਜਗ੍ਹਾ ਜਾਂਦੇ ਸਨ, ਤੇ ਮੈਂ ਤਾਂ ਸਾਰੇ ਆਪਣੇ ਭਰਾਵਾਂ ਨੂੰ ਕਹਿੰਦਾ ਪੰਜਾਬੀਆਂ ਨੂੰ 100 ਬਿਸਮਿਲਾ, ਪੰਜਾਬ ਆਓ ਚੱਕਰ ਸਾਡੇ ਕੋਲ ਆ ਕੇ, ਫਿਰ ਤੁਹਾਡਾ ਆਪਣਾ ਹੀ ਪੰਜਾਬ ਹੈ ਜੀ, ਮੈਂ ਕੀ ਕਹਿਣਾ, ਉਹ ਤਾਂ ਤੁਹਾਡਾ ਹੀ ਹੈ, ਆ ਕੇ ਵੇਖ ਕੇ ਜਾਓ ਇੱਕ ਵਾਰੀ, ਆਓ ਆ ਕੇ ਨਨਕਾਣਾ ਸਾਹਿਬ ਚੱਲੋ, ਪੰਜਾਬ ਸਾਹਿਬ ਚੱਲੀਏ, ਹਸਨ ਅਬਦਾਲ ਚੱਲੀਏ, ਕਰਤਾਰਪੁਰ ਸਾਹਿਬ ਚੱਲੀਏ, ਤੁਹਾਡੀ ਸੇਵਾ ਕਰੀਏ, ਤੇ ਅਸੀਂ ਤੇ ਜਨਾਬ ਤੁਹਾਨੂੰ ਜੀ ਆਇਆਂ ਨੂੰ ਕਹਿਣ ਨੂੰ ਤਿਆਰ ਹੈ। ਇਹ ਜਿਹੜੀਆਂ ਫੌਜਾਂ ਨੇ ਤੇ ਇਹ ਜਿਹੜੀਆਂ ਹਕੂਮਤਾਂ ਨੇ ਲੜਦੀਆਂ ਰਹਿਣ, ਪੰਜਾਬੀ ਭਰਾ ਨੇ ਅੱਗੇ ਵੀ ਪਿੱਛੇ ਵੀ, ਤੇ ਇਨਸ਼ਾਅੱਲਾ ਉਹ ਪਹਿਲੇ ਜੋ ਕੁਛ ਹੋ ਗਿਆ ਹੋ ਗਿਆ, ਹੁਣ ਤਾਂ ਜਨਾਬ ਇਹ ਹੈ ਕਿ ਅਸੀਂ ਤਾਂ ਸਾਡੇ ਤਾਂ ਬੱਚੇ ਵੀ ਜਿਹੜੇ ਨੇ ਉਹ ਵੀ ਤੁਹਾਡੀਆਂ ਚਸ਼ਮ ਬਰਾ ਨੇ। ਚਲੋ ਮਿਹਰਬਾਨੀ ਮਿਹਰਬਾਨੀ ਆਲਮਦਾਰ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਆਪਣੇ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਦੇ ਉੱਤੇ ਸਾਂਝੇ ਕੀਤੇ। ਪੰਜਾਬੀ ਵਾਸਤੇ ਤੁਹਾਡਾ ਬੜੀ ਮਿਹਨਤ ਹੈ ਜੀ, ਅਮਰੀਕਾ ਰੰਗੀ ਜਗ੍ਹਾ ਜਿਸਲੇ ਮਾਂ ਬੋਲੀ ਸੁਣਨੇ ਹੈਗੇ ਆ ਤੇ ਬੜੇ ਖੁਸ਼ ਹੁੰਦੇ ਆ। ਮਿਹਰਬਾਨੀ ਕਰੇ ਤੁਹਾਨੂੰ
ਹੋਰ ਤਰੱਕੀ ਦੇਵੇ ਤੁਹਾਨੂੰ। ਮਿਹਰਬਾਨੀ ਤੁਹਾਡੀ, ਮਿਹਰਬਾਨੀ ਮਿਹਰਬਾਨੀ ਤੁਹਾਡੀ ਆਲਮਦਾਰ ਜੀ। ਮੇਰੇ ਨਾਲ ਕਾਫੀ ਸਾਰੇ ਜੋਸ਼ਨ ਜੀ ਕਾਲਰ ਜੁੜੇ ਹੋਏ ਨੇ, ਉਹਨਾਂ ਦਾ ਵੀ ਆਪਾਂ ਫਟਾਫਟ ਜਿਹੜੇ ਪ੍ਰਤੀਕਰਮ ਨੇ ਉਹ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਭਾਜੀ ਜਗਪਾਲ ਸਿੰਘ ਬੋਲ ਰਿਹਾ ਜੀ, ਸੈਨ ਫਰਾਂਸਿਸਕੋ ਤੋਂ। ਜੀ ਜਗਪਾਲ ਸਿੰਘ ਜੀ, ਕੀ ਵਿਚਾਰ ਰੱਖਣੇ ਚਾਹੋਗੇ? ਦੇਖੋ ਭਾਜੀ, ਵਿਚਾਰ ਇੱਦਾਂ ਹੈ ਜੀ ਵੀ ਦੇਖੋ, ਐਟ ਲੀਸਟ ਸਾਨੂੰ ਸਿੱਖਾਂ ਨੂੰ ਕਦੀ ਵੀ ਪਾਕਿਸਤਾਨ ਦੇ ਪ੍ਰਤੀ ਨੈਗੇਟਿਵ ਸੋਚ ਨਹੀਂ ਰੱਖਣੀ ਚਾਹੀਦੀ ਜੀ। ਦੇਖੋ ਆਪਣਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਆ, ਲਾਹੌਰ ਤੋਂ ਕਿੰਨੀ ਕੁ ਦੂਰ ਆ ਦੇਖ ਲਓ। ਉਸ ਟਾਈਮ ਦੇ ਵਿੱਚ ਉਹਨਾਂ ਨੇ ਉਸ ਜਗ੍ਹਾ ਤੇ ਆਪਾਂ ਨੂੰ ਅੰਮ੍ਰਿਤਸਰ ਵਸਾਉਣ ਦੀ ਇਜਾਜ਼ਤ, ਹਰਿਮੰਦਰ ਸਾਹਿਬ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀਗੀ, ਠੀਕ ਹੈ ਨੀ। ਫਿਰ ਜੀ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੈਦਾ ਹੋਇਆ, ਉਹ ਵੀ ਪਾਕਿਸਤਾਨ ਦੀ ਜਰਾ ਖੇ ਜ਼ਮੀਨ ਦੇ ਉੱਪਰ ਪੈਦਾ ਹੋਇਆ। ਤੁਸੀਂ ਦਿੱਲੀ ਚ ਕਿਉਂ ਨੀ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕਰ ਲਿਆ? ਬਿਹਾਰ ਕਿਉਂ ਨੀ? ਬਿਹਾਰ ਦੇ ਵਿੱਚ ਪਟਨਾ ਸਾਹਿਬ ਜਾ ਕੇ ਨੌਵੇਂ ਗੁਰੂ ਕਈ ਸਾਲ ਬੈਠੇ ਰਹੇ, ਉਹਨਾਂ ਨੇ ਉੱਥੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ। ਇਸ ਕਰਕੇ ਪਾਕਿਸਤਾਨ ਦੇ ਨਾਲ ਸਾਡਾ ਖੂਨੀ ਸੰਬੰਧ ਹੈ। ਇੱਕ ਭਾਜੀ ਮੈਂ ਤੈਨੂੰ ਹੋਰ ਗੱਲ ਦੱਸਾਂ, 18ਵੀਂ ਸਦੀ ਦੇ ਐਂਡ ਤੱਕ ਜਿਹੜੇ ਅਸੀਂ ਜਿਹੜੇ ਜੱਟ ਜ਼ਿਮੀਦਾਰ ਸੀਗੀ, ਅਸੀਂ ਸਾਰੇ ਮੁਸਲਮਾਨ ਸੀ। ਇਹ ਬਿਲਕੁਲ ਮਹਾਰਾਜਾ ਰਣਜੀਤ ਦੇ ਰਾਜ ਦੇ ਲਾਗੇ ਤੱਕ ਜਾ ਕੇ ਅਸੀਂ ਜੱਟ ਸਰਦਾਰ ਸਿੱਖ ਧਰਮ ਚ ਆਏ ਆ। ਸਾਡਾ ਇਹਨਾਂ ਨਾ ਜਿਹੜੇ ਪੰਜਾਬ ਦੇ ਮੁਸਲਮਾਨ ਜੱਟ ਭਰਾ ਆ, ਤੇ ਦੂਜੇ ਸਾਡਾ ਇਹਨਾਂ ਨਾਲ ਖੂਨੀ ਸਾਡਾ ਬਲੱਡ ਰਿਲੇਸ਼ਨ ਆ। ਨੇ ਆਪਣੀਆਂ ਹਿਸਟਰੀਆਂ ਪਰਿਵਾਰਾਂ ਦੀਆਂ ਫੋਟ ਕੇ ਦੇਖ ਲਓ, ਸਾਡੇ ਪੁਰਾਣੇ ਬਜ਼ੁਰਗਾਂ ਦੇ ਨਾਂ ਮੁਸਲਮਾਨਾਂ ਦੇ ਨਾਂ ਆਉਂਦੇ ਆ। ਸਾਡਾ ਬਲੱਡ ਰਿਲੇਸ਼ਨ ਆ, ਉਹ ਇਸ ਕਰਕੇ ਤੜਫਦੇ ਆ ਕਿਉਂਕਿ ਸਾਡਾ ਖੂਨ ਦਾ ਰਿਸ਼ਤਾ ਆ ਉਹਨਾਂ ਨਾਲ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝਾ ਕਰਨ ਦੇ ਲਈ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਮਝੇ 2008 ਚ ਮੈਂ ਗਿਆ ਸਾ, ਨਨਕਾਣਾ ਸਾਹਿਬ ਵੀ ਗਿਆ, ਪੰਜਾ ਸਾਹਿਬ, ਮੈਂ ਕਿਹਾ ਜੀ ਮੇਰੀ ਰਸੀਦ ਕੱਢ ਦਿਓ, ਰਸੀਦ ਖਤਮ ਹੋ ਗਈ ਜੀ, ਤੁਸੀਂ ਅਰਦਾਸ ਕਰਾ ਨਹੀਂ ਤੇ ਕਰਾ ਲਓ। ਸਮਝ ਗਏ ਨਨਕਾਣਾ ਸਾਹਿਬ ਗਏ ਆ, ਪਰ ਇੱਕ ਚੀਜ਼ ਦਾ ਸਾਨੂੰ ਚਾਹੀਦਾ ਬੜਾ, ਉੱਥੇ ਕੰਟਰੋਲ ਰੱਖਣਾ ਚਾਹੀਦਾ, ਕੋਈ ਸਿਰ ਨੰਗਾ ਨਹੀਂ ਅੰਦਰ ਜਾਣਾ ਚਾਹੀਦਾ, ਪਰ ਹਰ ਪੈਸੇ ਦੇ ਸਿਰ ਨੰਗੇ ਮਿਲਦੇ ਸਾਨੂੰ। ਠੀਕ ਹੈ, ਅਤੇ ਨਨਕਾਣਾ ਸਾਹਿਬ ਦੇ ਵਿੱਚ ਇੱਕ ਵੱਡੀ ਗੱਲ ਇਹਨਾਂ ਨੇ ਕਹੀ ਕਿ ਸਿਰ ਨੰਗੇ ਹੋ ਕੇ ਨਤਮਸਤਕ ਹੁੰਦੇ ਹਨ। ਚਲੋ ਇੱਕ ਖੈਰ ਨਹੀਂ, ਜਿਹੜਾ ਕੰਪਲੈਕਸ ਹੈਗਾ ਜੀ, ਜਿੱਦਾਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵੀ ਜਾਈਦਾ ਕੰਪਲੈਕਸ, ਜਿੱਦਾਂ ਅਸੀਂ ਸਰਾਂ ਵੱਲ ਚੱਲ ਜਾਈਦਾ, ਉਸ ਏਰੀਏ ਤੱਕ ਉਹ ਨੰਗੇ ਸਿਰ ਜਾਂਦੇ, ਪਰ ਜਦੋਂ ਅਸੀਂ ਪੈਰ ਧੋ ਕੇ ਅੰਦਰ ਜਾਂਦੇ ਉੱਥੇ ਕੋਈ ਨੰਗੇ ਸਿਰ ਵਾਲਾ ਨਹੀਂ ਆ। ਠੀਕ ਹੈ, ਠੀਕ ਹੈ, ਲੇਕਿਨ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਜ਼ਰੂਰ ਆ ਰਿਹਾ ਕਿ ਜਿਵੇਂ ਸਾਨੂੰ ਆਲਮਦਾਰ ਸ਼ਾਹ ਜੀ ਨੇ ਕਿਹਾ ਕਿ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਉੱਥੇ ਜਿਹੜਾ ਕਰਤਾਰਪੁਰ ਲਾਂਘਾ ਉਹਦਾ ਕੰਮ ਪੂਰਾ ਕੀਤਾ ਜਾ ਸਕੇ, ਔਰ ਜਿਹੜੇ ਸ਼ਰਧਾਲੂ ਪੰਜਾਬ ਤੋਂ ਜਾਂ ਫਿਰ ਵਿਸ਼ਵ ਦੇ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਹੈ ਉਹ ਕਰਤਾਰਪੁਰ ਲਾਂਘੇ ਦਾ ਜਿਹੜਾ ਫਾਇਦਾ ਹੈ ਉਹ ਚੁੱਕ ਸਕੇ। ਗੁਰਿੰਦਰਪਾਲ ਸਿੰਘ ਜੋਸਨ ਇਸ ਮੁਤਲਕ ਕੀ ਕੁਝ ਕਹਿਣਾ ਚਾਹੁੰਦੇ ਹਨ, ਉਹਨਾਂ ਦੀ ਸਹਿਮਤੀ ਆਲਮਦਾਰ ਸ਼ਾਹ ਜੀ ਦੇ ਨਾਲ ਹੈਗੀ ਹੈ, ਲਵਾਂਗੇ ਇਸ ਸਵਾਲ ਦਾ ਜਵਾਬ ਇਸ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਹੋ ਰਹੀ ਸੀ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਗੁਰਿੰਦਰਪਾਲ ਸਿੰਘ ਜੋਸਨ ਸਾਡੇ ਨਾਲ ਮੌਜੂਦ ਨੇ ਸਾਂਝਾ ਪੰਜਾਬ ਤੋਂ, ਔਰ ਜਿਵੇਂ ਆਲਮਦਾਰ ਸ਼ਾਹ ਪਾਕਿਸਤਾਨ ਦੇ ਪੱਖੋਂ ਉਹਨਾਂ ਨੇ ਵੀ ਆਪਣੇ ਵਿਚਾਰ ਇਸ ਮੰਚ ਦੇ ਉੱਤੇ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਅਸੀਂ ਸੱਦਾ ਦਿੰਦੇ ਹਾਂ ਸਾਰੇ ਪੰਜਾਬੀ ਭਰਾਵਾਂ ਨੂੰ, ਸਿੱਖਾਂ ਨੂੰ, ਜੋ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਉਹ ਹੁੰਮ ਹੁਮਾ ਕੇ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਪਹੁੰਚੇ। ਲੇਕਿਨ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਹਾਲ ਬਿਆਨੀ ਸਾਨੂੰ ਖੁਦ ਆਪ ਦੱਸ ਰਹੇ ਹਨ ਗੁਰਿੰਦਰਪਾਲ ਸਿੰਘ ਜੋਸਨ, ਅਤੇ ਉਹਨਾਂ ਦੇ ਨਾਲ ਸਿਮਰਨਜੀਤ ਕੌਰ ਜੋਸਨ ਵੀ ਮੌਜੂਦ ਹਨ ਸਾਂਝੇ ਪੰਜਾਬ ਤੋਂ। ਉਹ ਕੁਝ ਅਪੀਲ ਕਰਨਾ ਚਾਹੁੰਦੇ ਹਨ ਸਾਡੇ ਦਰਸ਼ਕਾਂ ਨੂੰ, ਅਤੇ ਅੱਜ ਇੱਕ ਮਾਂ, ਇੱਕ ਵਾਈਫ ਅਤੇ ਇੱਕ ਧੀ ਕੀ ਕੁਝ ਅਪੀਲ ਕਰਨਾ ਚਾਹੁੰਦੀ ਹੈ ਸਾਡੇ ਸਾਰੇ ਦਰਸ਼ਕਾਂ ਲਈ, ਉਹ ਵੀ ਅਸੀਂ ਜਾਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਪਹਿਲੋਂ ਤਾਂ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਜਿਵੇਂ ਗੁਰੂ ਨਾਨਕ ਦੇਵ ਜੀ ਸਾਰੀ ਦੁਨੀਆ ਦੇ ਸਾਂਝੇ ਗੁਰੂ ਸੀ, ਉਹਨਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸਭ ਨੂੰ, ਅਤੇ ਇਸ ਕਰਕੇ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਜ਼ਰੂਰ ਖੁੱਲ੍ਹਣਾ ਚਾਹੀਦਾ। ਦੂਸਰਾ, ਜਿਵੇਂ ਆਪਾਂ ਵਿਦੇਸ਼ਾਂ 'ਚ ਰਹਿ ਕੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਦੇ ਹਾਂ, ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਬੱਚੇ ਸਿੱਖੀ ਵੱਲ ਜਾਣ, ਅਤੇ ਉਸੇ ਤਰ੍ਹਾਂ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਆਪਣੇ ਗੁਰੂਆਂ ਦੇ ਜਨਮ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਵਾਉਣੇ ਚਾਹੀਦੇ ਆ ਆਪਣੇ ਬੱਚਿਆਂ ਨੂੰ।
ਤੇ ਇਹ ਇੱਕ ਜ਼ਰੂਰ ਅਪੀਲ ਬਣਦੀ ਹੈਗੀ ਕਿ ਜਨਰੇਸ਼ਨ ਜਿਹੜੀ ਨਵੀਂ ਪਹੁੰਚੇ। ਲੇਕਿਨ ਮੇਰਾ ਸਵਾਲ ਇੱਕ ਤੁਹਾਡੇ ਤੋਂ ਸੀਗਾ ਜੋਸ਼ਨ ਜੀ, ਕਿ ਜਿਵੇਂ ਸਾਨੂੰ ਆਲਮਦਾਰ ਸ਼ਾਰ ਜੀ ਹੋਰਾਂ ਨੇ ਕਿਹਾ ਤੁਸੀਂ ਇੰਡੀਆ ਤੋਂ ਹੋ ਕੇ ਫਿਰ ਪਾਕਿਸਤਾਨ ਗਏ ਸੀਗੇ, ਤੁਹਾਨੂੰ ਕੋਈ ਮਨਸ਼ਾ ਲੱਗਦੀ ਹੈ ਇੰਡੀਆ ਦੀ ਕਿ ਇੰਡੀਆ ਨਹੀਂ ਚਾਹੁੰਦਾ ਕਿ ਕਰਤਾਰਪੁਰ ਲਾਂਘਾ ਨਾ ਬਣੇ, ਜਾਂ ਫਿਰ ਜਿਵੇਂ ਆਲਮਦਾਰ ਸ਼ਾਰ ਜੀ ਨੇ ਕਿਹਾ ਕਿ ਮੋਦੀ ਸਰਕਾਰ ਇਹਦੇ ਫੇਵਰ ਦੇ ਵਿੱਚ ਨਹੀਂ ਹੈਗੀ, ਇਸ ਕਰਕੇ ਕਸ਼ਮੀਰ ਦਾ ਮੁੱਦਾ ਪੱਕਿਆ ਤਾਂ ਕਿ ਕਰਤਾਰਪੁਰ ਲਾਂਘੇ ਨੂੰ ਜਿਹੜਾ ਉਹ ਨੁਕਸਾਨ ਹੋ ਸਕੇ, ਤੁਸੀਂ ਕੀ ਲੱਗਦਾ? ਨਹੀਂ, ਕਸ਼ਮੀਰ ਦਾ ਮੁੱਦਾ ਇਹਨਾਂ ਦਾ ਪੁਰਾਤਨ ਚੱਲਿਆ ਆ ਰਿਹਾ ਜਦੋਂ ਦਾ ਬਣਿਆ। ਮੈਂ ਲਾਸਟ ਟਾਈਮ ਹੀ ਇੱਕ ਸੁਜੈਸ਼ਨ ਦਿੱਤੀ ਸੀ ਜੀ ਵੀ ਜਿਹੜਾ ਆਜ਼ਾਦ ਕਸ਼ਮੀਰ ਪਾਕਿਸਤਾਨ ਕੋ ਹੈਗਾ ਉਹ ਰੱਖ ਲੈਣ ਇੰਡੀਪੈਂਡੈਂਟ ਤੌਰ 'ਤੇ, ਇੰਡੀਆ ਵਾਲਾ ਇਹ ਰੱਖ ਲੈਣ ਜਿਸ ਤਰ੍ਹਾਂ ਹੁਣ 370 ਤੋੜ ਦਿੱਤੀ ਗਈ ਹੈ ਜੀ। ਇਹ ਚੰਗਾ ਆ ਵੀ ਦੂਸਰੇ ਲੋਕ ਜਾ ਕੇ ਉੱਥੇ ਵੱਸ ਜਾਣ, ਉੱਥੋਂ ਦੀ ਡਿਵੈਲਪਮੈਂਟ ਹੋਏਗੀ, ਇੰਡਸਟਰੀ ਲੱਗੇਗੀ, ਜਿਹੜਾ ਨੌਜਵਾਨ ਕਸ਼ਮੀਰ ਦੇ ਉਹਨਾਂ ਨੂੰ ਵਪਾਰ ਬਿਜ਼ਨਸ ਮਿਲੇਗਾ, ਕਾਰੋਬਾਰ ਨੌਕਰੀਆਂ ਮਿਲਣਗੀਆਂ। ਇਸੇ ਤਰ੍ਹਾਂ ਪਾਕਿਸਤਾਨ ਵਾਲਾ ਜਿਹੜਾ ਆਜ਼ਾਦ ਕਸ਼ਮੀਰ ਆ ਉਹਨਾਂ ਨੂੰ ਚਾਹੀਦਾ ਆਪਣੇ ਵਿੱਚ ਮਿਲਾ ਕੇ ਅਤੇ ਤਰੱਕੀ ਕਰਨ ਅਤੇ ਦੋਨੋਂ ਮੁਲਕ ਭਰਾਵਾਂ ਵਾਂਗ ਰਹਿਣ, ਆਪਸ ਨਾਲ ਮਿਲ ਕੇ ਰਹਿਣ। ਠੀਕ ਹੈ, ਅਤੇ ਜਿਸ ਤਰ੍ਹਾਂ ਹੁਣੇ ਮੈਸੇਜ ਦਿੱਤਾ ਵੀ ਇਹ ਸਾਡੇ ਸਾਰੇ ਸਿੱਖ ਪਰਿਵਾਰਾਂ ਦਾ ਫਰਜ਼ ਆ, ਆਪਣੇ ਬੱਚਿਆਂ ਸਮੇਤ ਅਸੀਂ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਲਈ ਨਨਕਾਣਾ ਸਾਹਿਬ ਅਤੇ ਸਾਰੇ ਕਿਤੇ ਜਾਈਏ 550 ਸਾਲਾਂ 'ਤੇ। ਅਤੇ ਉੱਥੋਂ ਦਾ ਪ੍ਰਬੰਧ ਦੀ ਜਿਹੜੀ ਗੱਲ ਹੋਈ ਸੀ ਜਿੱਦਾਂ ਬਸੀਨ ਸਾਹਿਬ ਨੇ ਉਹਨੇ ਕਿਹਾ ਸੀ ਉੱਥੋਂ, ਉਸ ਬਾਰੇ ਮੈਂ ਕਹਾਂਗਾ ਵੀ ਉੱਥੋਂ ਦੀ ਜਿਹੜੇ ਸਿੱਖ ਜਿਹੜੇ ਰਹਿ ਰਹੇ ਨੇ ਉੱਥੋਂ, ਜ਼ਿਆਦਾਤਰ ਸਿੱਖ ਅਸਲੀ ਜਿਹੜੇ ਇੱਧਰ ਦੇ ਪੰਜਾਬ ਇੱਧਰ ਮੂਵ ਹੋ ਗਏ ਸੀ, ਇਹ ਪਿਸ਼ਾਵਰ ਜਾਂ ਤੇਰਾ ਏਰੀਆ ਉੱਧਰੋਂ ਮੂਵ ਹੋ ਕੇ ਥੱਲੇ ਨੂੰ ਇੱਧਰ ਆਏ ਨੇ ਅਤੇ ਇਹ ਬਹੁਤ ਹੀ ਗਰੀਬ ਨੇ ਕਿਉਂਕਿ ਇਹਨਾਂ ਦੀ ਕੰਟੀਨਿਊਸ ਮਾਈਗ੍ਰੇਸ਼ਨ ਚੱਲਦੀ ਰਹਿੰਦੀ, ਇੱਕ ਜਗ੍ਹਾ 'ਤੇ ਟਿਕ ਕੇ ਨਹੀਂ ਬੈਠੇ, ਉਹੀ ਕਾਰਨ ਸੀ ਇਹਨਾਂ ਦੇ ਵਪਾਰ ਨਹੀਂ ਜ਼ਿਆਦਾ ਤਰੱਕੀ ਕਰ ਸਕੇ। ਠੀਕ ਹੈ, ਅਤੇ ਕੁਛ ਕੁਛ ਨੂੰ ਜਿਹੜੀ ਜੋਬਾਂ ਮਿਲੀਆਂ ਹਨ ਨਨਕਾਣਾ ਸਾਹਿਬ ਦੇ ਆਸੇ ਪਾਸੇ ਛੋਟੇ ਛੋਟੇ ਗੁਰਦੁਆਰਾ ਸਾਹਿਬ। ਮੇਰੇ ਨਾਲ ਕਾਫੀ ਸਾਰੇ ਕਾਲਰਸ ਵੀ ਜੁੜੇ ਹੋਏ ਹਨ, ਜੇਕਰ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਾ ਚਾਹੁੰਦੇ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਕਾਲਰ ਮੇਰੇ ਨਾਲ ਇਸ ਟਾਈਮ ਲਾਈਨ ਦੇ ਉੱਤੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਸ਼ ਪੰਨੂ ਬੋਲਦਾ ਇੱਥੋਂ ਕੈਲੀਫੋਰਨੀਆ ਤੋਂ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਠੀਕ ਹੋ? ਬਹੁਤ ਗੁਰੂ ਦੀ ਕਿਰਪਾ, ਮੈਨੂੰ ਬੜੀ ਖੁਸ਼ੀ ਹੋਈ। ਮੈਂ ਜਿਹੜਾ ਇਹਨਾਂ ਨੇ ਪਾਕਿਸਤਾਨ ਬਾਰੇ ਗੱਲਾਂ ਕੀਤੀਆਂ, ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ। ਮੈਂ ਦੋ ਵਾਰੀ ਪਾਕਿਸਤਾਨ ਜਾ ਕੇ ਹਾਂ, ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਘਰ ਆ ਜਾਂਦੇ। ਉਹਨਾਂ ਦੇ ਜਿੰਨਾ ਜਿੰਨਾ ਪਿਆਰ ਉਹਨਾਂ ਸਰਕਾਰ ਸਾਨੂੰ ਦਿੱਤਾ ਸੀ, ਅਸੀਂ ਹੈਰਾਨ ਹਾਂ ਵੀ ਅਸੀਂ ਉਹ ਜਿਹੜੀਆਂ ਭੋਲੀ ਯਾਦਾਂ ਨੇ ਸਾਡੀਆਂ ਉਹਦੇ ਨਾਲ ਉਹਨਾਂ ਜੁੜੀਆਂ। ਅਸੀਂ ਪਿਸ਼ਾਵਰ ਤਾਂ ਗਏ ਸੀ ਅਤੇ ਰਾਹ ਜਦੋਂ ਉਹਨੇ ਵੱਡੇ ਸ਼ਹਿਰਾਂ ਵਿੱਚ ਤਾਂ ਸਿੱਖਾਂ ਨੂੰ ਵੇਖਿਆ, ਪਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵੀ ਰਾਹ ਵਿੱਚ ਜਿਹੜੇ ਸਿੱਖਾਂ ਨੂੰ ਵੇਖ ਕੇ ਉਹ ਪਿਆਰ ਨਾਲ ਸਤਿਕਾਰ ਕਰਦੇ ਆ, ਤੁਸੀਂ ਭੁੱਲ ਕਦੀ ਜ਼ਿੰਦਗੀ ਭੁੱਲ ਨਹੀਂ ਸਕਦੇ। ਬਾਕੀ ਜਦੋਂ ਵਾਪਸ ਅਸੀਂ ਵਾਹਗੇ ਬਾਰਡਰ ਤੋਂ ਲੰਘੇ ਵਾਪਸ ਆਉਣ ਲੱਗੇ ਹਾਂ, ਸਾਨੂੰ ਐਂ ਲੱਗਦਾ ਜਿਸ ਤਰ੍ਹਾਂ ਟ੍ਰੀਟਮੈਂਟ ਇੰਡੀਅਨ ਕਸਟਮਰ ਅਤੇ ਕਸਟਮ ਪੀਪਲ ਜਾਂ ਪੁਲਿਸ ਵਾਲੇ ਕਰਦੇ ਆ, ਖਾਸ ਕਰਕੇ ਜਦੋਂ ਮੁਸਲਮਾਨ ਉੱਧਰ ਜਾਂਦੇ ਆ, ਇਹ ਮੈਨੂੰ ਸੰਗ ਆਉਂਦੀ ਸੀ, ਸ਼ਰਮ ਆਉਂਦੀ ਸੀ ਵੀ ਇਹ ਸਾਡਾ ਟ੍ਰੀਟਮੈਂਟ ਉਹਨਾਂ ਨਾਲ ਕਿਸ ਤਰੀਕਾ ਹੁੰਦਾ ਉੱਥੇ ਬਾਰਡਰ ਦੇ ਉੱਤੇ। ਸੋ ਇਹ ਬੜੀ ਖੁਸ਼ੀ ਗੱਲ ਹੈ ਮੈਨੂੰ ਬੜੀ, ਅਤੇ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੀਆਂ ਯਾਦਾਂ ਦੁਬਾਰਾ ਖਿਲਾ ਦਿੱਤੀਆਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਟ੍ਰੀਟਮੈਂਟ ਦੀ ਗੱਲ ਹੋ ਰਹੀ ਹੈ ਕਿ ਸਿਕਿਉਰਿਟੀ ਦੇ ਪ੍ਰਬੰਧਾਂ ਨੂੰ ਲੈ ਕੇ ਭਾਰਤ ਪੱਖੋਂ ਔਰ ਪਾਕਿਸਤਾਨ ਪੱਖੋਂ ਕੀ ਵੇਖਣ ਨੂੰ ਮਿਲਿਆ? ਪਾਕਿਸਤਾਨ ਵੱਲ ਜਿੱਦਾਂ ਇਹਨਾਂ ਨੇ ਕਿਹਾ ਬਹੁਤ ਹੀ ਪਿਆਰ ਨਾਲ ਮਿਲਦੇ ਨੇ ਸਾਰੇ, ਬਾਕੀ ਇੰਡੀਆ ਦਾ ਥੋੜ੍ਹਾ ਜਿਹਾ ਵਤੀਰਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਰਿਹਾ ਕਿਉਂਕਿ ਉਹ ਹਮੇਸ਼ਾ ਇੰਡੀਆ ਵਾਲੇ ਉਹਨਾਂ ਨੂੰ ਐਜ਼ ਏ ਇੱਕੋ ਹੀ ਨਜ਼ਰ ਨਾਲ ਵੇਖਦੇ, ਦੁਸ਼ਮਣ ਮੁਲਕ ਦੇ ਤੌਰ 'ਤੇ। ਥੋੜ੍ਹੀ ਜਿਹੀ ਸਾਨੂੰ ਸੋਚ ਬਦਲਣੀ ਚਾਹੀਦੀ ਹੈ, ਕਸ਼ਮੀਰ ਦੇ ਮੁੱਦੇ ਨੂੰ ਅਸੀਂ ਹੱਲ ਕਰ ਲਈਏ ਅਤੇ ਦੋਨੋਂ ਮੁਲਕ ਆਪਸ 'ਚ ਵਪਾਰ ਕਰਕੇ ਜੇ ਇਹ ਇਕੱਠੇ ਹੋ ਜਾਣ ਤਾਂ ਏਸ਼ੀਆ ਦੀ ਬੜੀ ਵੱਡੀ ਪਾਵਰ ਬਣ ਸਕਦੇ ਨੇ, ਹਰ ਫੀਲਡ ਦੇ ਵਿੱਚ ਬਣ ਸਕਦੇ ਨੇ। ਅਤੇ ਮੈਂ ਇਹੀ ਆਸ ਕਰਾਂਗਾ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਉਦੋਂ ਚਾਦਰ ਪਾੜੀ ਗਈ ਸੀ ਅਤੇ ਉਸੇ ਜਗ੍ਹਾ ਤੋਂ ਦੋ ਮੁਲਕ ਬਣੇ, ਹੋ ਸਕਦਾ ਜੇ ਉਹ ਚਾਦਰ ਨਾ ਪਾੜੀ ਜਾਂਦੀ ਤਾਂ ਅੱਜ ਇਹ ਮੁਲਕ ਸਾਰਾ ਇਕੱਠਾ ਹੁੰਦਾ। ਅਤੇ ਹੁਣ ਕਰਤਾਰਪੁਰ ਜਿਹੜਾ ਕੋਰੀਡੋਰ ਆ ਉਸੇ ਟੁੱਟੀ ਹੋਈ ਸਾਂਝ ਨੂੰ ਦੁਬਾਰਾ ਜੋੜਨ ਦਾ ਇੱਕ ਜ਼ਰੀਆ ਹੈਗਾ ਅਤੇ ਇਸ ਨੂੰ ਕਾਮਯਾਬ ਸਾਰੇ ਸਿੱਖਾਂ ਦਾ, ਉੱਧਰੋਂ ਦੀ ਦੀਆਂ ਸਰਕਾਰਾਂ ਦਾ, ਮੋਦੀ ਸਰਕਾਰ ਦਾ ਵੀ ਫਰਜ਼ ਬਣਦਾ ਵੀ ਇਸ ਦੇ ਉੱਪਰ ਰਾਜਨੀਤੀ ਨਾ ਕੀਤੀ ਜਾਏ, ਕਿਉਂਕਿ ਜੇ ਪੋਲੀਟਿਕਸ 'ਚ ਨੂੰ ਲਿਆਵਾਂਗੇ ਇਸ ਜਗ੍ਹਾ ਨੂੰ ਤਾਂ ਫਿਰ ਧਾਰਮਿਕ ਤੋਂ ਅਸੀਂ ਅਲੱਗ ਹੋ ਜਾਵਾਂਗੇ, ਦੂਰ ਹੋ ਜਾਵਾਂਗੇ। ਜਿੱਥੇ ਜਾ ਕੇ ਅਧਿਆਤਮਕ ਸਾਨੂੰ ਫੀਲ ਹੁੰਦਾ ਹੈ, ਜਿੱਥੇ ਜਾ ਕੇ ਸਾਨੂੰ ਇੱਕ ਸਾਂਝੀ ਵਾਲਤਾ ਦਾ ਸੁਨੇਹਾ ਜੋ ਗੁਰੂ ਸਾਹਿਬ ਨੇ ਦਿੱਤਾ ਸੀਗਾ ਉਹ ਸਾਡੇ ਮਨ ਮੰਦਰਾਂ ਦੇ ਵਿੱਚ ਜਾ ਕੇ ਵੱਸਦਾ, ਜਿੱਥੇ ਜਾ ਕੇ ਅਸੀਂ ਇੱਕ ਅਮਨ ਅਤੇ ਸ਼ਾਂਤੀ ਢੂੰਡਦੇ ਹਾਂ। ਅਤੇ ਲੇਕਿਨ ਜਦ ਗੱਲ ਇਸ ਕਰਤਾਰਪੁਰ ਲਾਂਘੇ ਦੀ ਆਉਂਦੀ ਹੈ ਤਾਂ ਹੁਣ ਇਹਨੂੰ ਠੱਲ ਪਾਉਣ ਦੀ ਕਵਾਇਤ ਕੌਣ ਕਰ ਰਿਹਾ? ਇੱਕ ਵੱਡਾ ਸਵਾਲ ਬਣਿਆ ਹੋਇਆ, ਲਵਾਂਗੇ ਇਸ ਸਵਾਲ ਦਾ ਜਵਾਬ ਵੀ। ਔਰ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈਗਾ ਜਾਂ ਫਿਰ ਕੋਈ ਗੱਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਇਸ ਮੰਚ ਦੇ ਉੱਤੇ ਤਾਂ ਅਸੀਂ ਤੁਹਾਡਾ ਵੀ ਵੈਲਕਮ ਕਰਦੇ ਹਾਂ। ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com,
ਤੇ ਜੀ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਮੈਂ ਸ਼ਾਰਟ ਐਂਡ ਕ੍ਰਿਸਪੀ ਹਾਲ ਬਿਆਨੀ ਜਿਹੜੀ ਹੈ ਉਹ ਲੈਣਾ ਚਾਹੁੰਦਾ ਗੁਰਿੰਦਰਪਾਲ ਸਿੰਘ ਜੋਸਨ ਹੋਰਾਂ ਤੋਂ ਔਰ ਕੀ ਕੁਝ ਸੁਨੇਹਾ ਜਿਹੜਾ ਉਹ ਦਰਸ਼ਕਾਂ ਨੂੰ ਉਹ ਦੇਣਾ ਚਾਹੁੰਦੇ ਹਨ ਔਰ ਅੱਗੇ ਜਿਹੜੀ ਤਜਵੀਜ਼ ਭਾਰਤ ਪੱਖੋਂ ਔਰ ਪਾਕਿਸਤਾਨ ਪੱਖੋਂ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਉਹ ਕੀ ਕੁਝ ਰੱਖੀ ਜਾਏਗੀ ਉਹ ਹਾਲ ਬਿਆਨੀ ਜਾਣ ਲੈਂਦੇ ਹਾਂ। ਹਾਂਜੀ, ਇਸ ਦੇ ਉੱਪਰ ਪਹਿਲੀ ਗੱਲ ਮੈਂ ਕਹਾਂਗਾ ਵੀ ਪੋਲੀਟਿਕਸ ਨਹੀਂ ਹੋਣੀ ਚਾਹੀਦੀ ਜੀ। ਦੋਨੋਂ ਮੁਲਕਾਂ ਦੇ ਆਪਸ 'ਚ ਪਿਆਰ ਮੁਹੱਬਤ ਨਾਲ ਰਹਿਣ ਅਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਕੋਰੀਡੋਰ ਕਰਤਾਰਪੁਰ ਦਾ ਖੁੱਲ੍ਹਣਾ ਚਾਹੀਦਾ, ਹਰ ਹਾਲਤ 'ਤੇ ਖੁੱਲ੍ਹੇਗਾ। ਗੁਰੂ ਨਾਨਕ ਸਾਹਿਬ ਆਪ ਉਹਨਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਪਾ ਕੇ ਇਹਨੂੰ ਖੋਲ੍ਹਣਗੇ ਖੁਦ, ਅਤੇ ਮੇਰੇ ਵੱਲੋਂ ਇਹੀ ਹੈ ਸਾਰੇ ਦਰਸ਼ਕਾਂ ਨੂੰ ਵੀ ਅਪੀਲ ਵੀ ਜਦੋਂ ਇਹ ਖੁੱਲ੍ਹ ਜਾਂਦਾ ਪਰਿਵਾਰਾਂ ਸਮੇਤ ਉੱਥੇ ਜਾਓ, ਬੱਚਿਆਂ ਨੂੰ ਵੀ ਨਾਲ ਲੈ ਕੇ ਜਾਓ, ਆਪਣਾ ਸਾਰਾ ਸਿੱਖ ਇਤਿਹਾਸ ਦਿਖਾਓ ਉੱਥੇ ਜੀ ਵੀ ਗੁਰੂ ਸਾਹਿਬਾਨ ਕਿਹੜੀ ਜਗ੍ਹਾ 'ਤੇ ਰਹਿੰਦੇ ਸੀ, ਕਰਤਾਰਪੁਰ, ਚੂਨਾ ਮੰਡੀ, ਪਿਸ਼ਾਵਰ 'ਚ ਵੀ ਆਪਣਾ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਦਾ ਪਿਛ ਉਸ 'ਤੇ ਉੱਪਰ ਮੈਂ ਕਿਤਾਬ ਲਿਖੀ ਹੋਈ ਹੈ, ਅਤੇ ਹਰ ਇੱਕ ਨਾਲ ਮੈਂ ਅਪੀਲ ਕਰਦਾ ਵੀ ਉਹ 550 ਸਾਲਾਂ ਦੇ ਉੱਤੇ ਜ਼ਰੂਰ ਪਰਿਵਾਰਾਂ ਸਮੇਤ ਨਨਕਾਣਾ ਸਾਹਿਬ ਜਾਣ। ਠੀਕ ਹੈ ਜੀ, ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਹਰ ਕਿਸੇ ਨੂੰ ਅਪੀਲ ਕਰਦੇ ਹੋਏ ਖੁਦ ਆਪ ਨਜ਼ਰ ਆ ਰਹੇ ਨੇ ਔਰ ਇਹ ਹਾਲ ਬਿਆਨੀ ਜਿਹੜੀ ਤੁਸੀਂ ਇਹ ਦੱਸੀ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਜਿਹੜੇ ਜ਼ਮੀਨੀ ਪੱਧਰ 'ਤੇ ਇਸ ਟਾਈਮ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਹਾਲ ਨੇ ਉਹ ਕਿਸ ਤਰੀਕੇ ਦੇ ਨੇ, ਅਸੀਂ ਉਹਦੇ ਉੱਤੇ ਚਾੜਨਾ ਪਾਇਆ। ਜੇਕਰ ਤੁਸੀਂ ਹੋ ਕੇ ਆਏ ਹੋ, ਕੁਝ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਥੈਂਕ ਯੂ ਵੈਰੀ ਮੱਚ। ਮੇਰੇ ਕੋਲ ਸਮਾਂ ਨਹੀਂ ਸੀਗਾ, ਨਹੀਂ ਤਾਂ ਮੈਂ ਤੁਹਾਡੇ ਨਾਲ ਹੋਰ ਗੱਲਾਂ ਕਰਨਾ ਚਾਹੁੰਦਾ ਸੀਗਾ, ਲੇਕਿਨ ਬਹੁਤ ਬਹੁਤ ਮਿਹਰਬਾਨੀ। ਸਾਰੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਧੰਨਵਾਦ, ਸਤਿ ਸ਼੍ਰੀ ਅਕਾਲ।